ਨਹੀਂ ਤਾਂ ਸੋਸ਼ਲ ਮੀਡੀਆ ਇੱਦਾਂ ਦੀ ਚੀਜ਼ ਹੈਗੀ ਆ ਕਿ ਨਾ ਜੋ ਬਹੁਤ ਹੀ ਇੱਕ ਇਨਸਾਨ ਦੀ ਪਰਸਨੈਲਿਟੀ ਨੂੰ ਚੇਂਜ ਕਰ ਦਿੰਦੀ ਆ। ਔਨ ਕੈਮਰਾ ਕੁਛ ਹੋਰ ਹੋ ਜਾਂਦੇ ਆ ਐਂਡ ਆਫ ਕੈਮਰਾ ਯੂ ਆਰ ਡਿਫਰੈਂਟ। ਬਟ ਸੋਸ਼ਲ ਮੀਡੀਆ ਨੂੰ ਦੇਖ ਕੇ ਕਿਸੇ ਨੂੰ ਵੀ ਨਾ ਦੇਖੋ ਕਿ ਅਸੀਂ ਆਹ ਬਣਨਾ, ਆਹ ਜੀਣਾ, ਆਹ ਉਹਨੇ ਪਾਇਆ, ਉਹਨੇ ਕੀਤਾ, ਅੱਗੇ ਵੱਧ ਗਿਆ, ਪਿੱਛੇ ਰਹਿ ਗਿਆ, ਕੋਈ ਕੁਛ ਨਹੀਂ ਹੈ। ਬਟ ਬਹੁਤ ਘੱਟ ਲੋਕ ਆ ਜਿਹੜੇ ਤੁਹਾਡੇ ਨਾਲ ਦਿਲ ਤੋਂ ਜੁੜਦੇ ਆ ਜਾਂ ਤੁਹਾਨੂੰ ਪਿੱਠ ਪਿੱਛੇ ਵੀ ਚੰਗਾ ਕਹਿਣ। ਜੇ ਤੁਸੀਂ ਆਪਣੇ ਪਰਿਵਾਰ ਜਾਂ ਆਪਣੀ ਲਾਈਫ 'ਚ ਜਿਹੜੇ ਵੀ ਤੁਹਾਡੇ ਕੋਈ ਖਾਸ ਲੋਕ ਆ ਉਹਨਾਂ ਨੂੰ ਹੀ ਟਾਈਮ ਨਹੀਂ ਜਾਂ ਉਹਨਾਂ ਨੂੰ ਹੀ ਤੁਸੀਂ ਜੇ ਤੁਸੀਂ ਕਹਿ ਤਾ ਵੀ ਮੈਂ ਬਿਜ਼ੀ ਹਾਂ ਜੀ, ਮੇਰਾ ਤਾਂ ਕੰਮ ਆ, ਤੁਹਾਨੂੰ ਬਣਾਇਆ ਉਹਨਾਂ ਨੇ, ਬੰਦੇ 'ਚ ਬਹੁਤ ਕਮੀਆਂ ਹੁੰਦੀਆਂ ਅਤੇ ਮੇਰੇ 'ਚ ਤਾਂ ਬਹੁਤ ਨੇ, ਮੈਂ ਕੋਸ਼ਿਸ਼ ਕਰਦੀ ਰਹਿੰਦੀ ਹਾਂ ਵੀ ਉਹਨਾਂ ਨੂੰ ਹੈ ਨਾ ਸੁਧਾਰਾਂ। Welcome to Broadcast Buzz with Kirleen and Kashi. Hello guys, welcome to a very new and fresh episode of Broadcast Buzz. And this episode is a little different because just for you guys, our content is late for us. Because I and Kashi are different here, so we are cut here. There are a lot of things to see. So we have come up with an idea. Wherever we are, we will shoot. And we keep on uploading new content for you guys. So, ਅੱਜ ਦਾ ਜਿਹੜਾ ਪੋਡਕਾਸਟ ਹੈਗਾ ਆ, ਮੈਂ ਬਹੁਤ ਹੀ ਪੰਜਾਬ ਦੇ ਸੈਲੀਬ੍ਰਿਟੀ ਮੇਕਅਪ ਆਰਟਿਸਟ ਰੂਪ ਕੌਰ ਸੰਧੂ ਨਾਲ ਕਰਨ ਜਾ ਰਹੀ ਹਾਂ। ਐਂਡ ਇਹ ਪੋਡਕਾਸਟ ਦਾ ਆਪਾਂ ਇੰਨੀ ਦੇਰ ਤੋਂ ਪਲਾਨ ਕਰ ਰਹੇ ਸੀਗੇ, ਆਈ ਕਾਂਟ ਇਵਨ ਟੈਲ ਯੂ ਗਾਇਸ। ਸੋ ਲੈਟਸ ਵੈਲਕਮ ਰੂਪ ਕੌਰ ਸੰਧੂ, ਥੈਂਕ ਯੂ ਸੋ ਮੱਚ ਆਪਣਾ ਟਾਈਮ ਕੱਢਣ ਵਾਸਤੇ। ਥੈਂਕ ਯੂ ਤੁਸੀਂ ਬੁਲਾਇਆ ਐਂਡ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ? ਮੈਂ ਬਹੁਤ ਵਧੀਆ, ਤੁਸੀਂ ਸੁਣਾਓ? ਬਿਲਕੁਲ ਵਧੀਆ। ਪਤਾ ਯਾਰ, ਇਹ ਪੋਡਕਾਸਟ ਆਪਾਂ ਪਲਾਨ ਕਰਨ ਦਾ ਆਈ ਥਿੰਕ ਆਲਮੋਸਟ 6-7 ਮਹੀਨੇ ਹੋ ਚੁੱਕੇ ਆਪਾਂ ਨੂੰ ਆਪਾਂ ਕਰੀ ਜਾ ਰਹੇ ਸੀ। ਬਹੁਤ ਟਾਈਮ ਹੋ ਗਿਆ, ਮਤਲਬ ਕਈ ਵਾਰ ਇੱਦਾਂ ਹੁੰਦਾ ਕਿ ਡੇਟਸ ਨਹੀਂ ਫ੍ਰੀ ਹੁੰਦੀਆਂ, ਕਈ ਵਾਰ ਆਪਾਂ ਫਾਈਨਲ ਕਰਕੇ ਫਿਰ ਕੈਂਸਲ ਹੋ ਜਾਂਦਾ ਇੱਦਾਂ ਹੀ। ਚਲੋ, ਤੁਹਾਡਾ ਤਾਂ ਬਹੁਤ ਹੀ ਬਿਜ਼ੀ ਸਕੇਡਿਊਲ ਰਹਿੰਦਾ ਯਾਰ। ਲਾਈਕ ਜਦੋਂ ਪੁੱਛਦੀ ਹਾਂ ਲਾਈਕ ਅੱਜ ਮੇਕਅਪ ਆ, ਕੱਲ੍ਹ ਮੇਕਅਪ ਆ, ਯੂਅਰ ਟਰੈਵਲਿੰਗ ਹੇਅਰ ਐਂਡ ਯੂਅਰ ਟਰੈਵਲਿੰਗ ਦੇਅਰ, ਹਾਊ ਡੂ ਯੂ ਮੈਨੇਜ ਯੂਅਰ ਲਾਈਫ, ਕਿੱਦਾਂ ਚੱਲਦਾ ਤੁਹਾਡਾ ਇੱਦਾਂ? ਪਹਿਲਾਂ ਔਖਾ ਲੱਗਦਾ ਸੀ, ਫੋਨ ਚੱਲੀ ਜਾਂਦਾ, ਫੋਨ ਚੱਲੀ ਜਾਂਦਾ ਵਧੀਆ। ਮਤਲਬ ਕਈ ਵਾਰ ਇੱਦਾਂ ਲੱਗਦਾ ਹੈ ਵੀ ਆਪਾਂ ਆਪਣੀ ਪਰਸਨਲ ਲਾਈਫ ਨੂੰ ਘੱਟ ਟਾਈਮ ਦੇ ਪਾਉਂਦੇ ਹਾਂ ਇਹਨਾਂ ਚੀਜ਼ਾਂ ਕਰਕੇ, ਪਰ ਹੌਲੀ ਹੌਲੀ ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ ਟਾਈਮ ਟੂ ਟਾਈਮ। ਸੋਰੀ, ਮੈਂ ਤਾਂ ਬਿਲਕੁਲ ਆਈ ਵਾਂਟ ਟੂ ਨੋ ਯੂ ਫਰੋਮ ਅੰਦਰੋਂ ਜਾਣਾ ਚਾਹੁੰਦੀ ਹਾਂ ਤੁਹਾਨੂੰ, ਮੈਂ ਇਹ ਪੋਡਕਾਸਟ ਮੈਂ ਚਾਹੁੰਦੀ ਹਾਂ ਕਿ ਜਿਹੜੇ ਵੀ ਵਿਊਜ਼ ਸਾਡੇ ਵੇਖਣਗੇ ਉਹ ਵੀ ਇੱਕ ਰੂਪ ਕੌਰ ਸੰਧੂ ਨੂੰ ਬਿਲਕੁਲ ਅੰਦਰੋਂ ਜਾਣਨ। ਮੈਨੂੰ ਤੁਹਾਨੂੰ ਇੱਕ ਗੱਲ ਦੱਸਾਂ, ਮੈਨੂੰ ਜਿੰਨਾ ਮੈਂ ਬਹੁਤ ਘੱਟ ਲੋਕ ਮੈਨੂੰ ਪਰਸਨਲੀ ਜਾਣਦੇ ਆ ਅਤੇ ਅੰਦਰੋਂ ਹੀ ਜਾਣਦੇ ਆ। ਮੈਂ ਜੋ ਹੈਗੀ ਹਾਂ ਜਿੱਦਾਂ ਦੀ ਵੀ ਰੀਅਲ ਆ, ਮਤਲਬ ਮੇਰੇ 'ਚ ਕੋਈ ਫਿਲਟਰ ਨਹੀਂ ਆ। ਜਿਵੇਂ ਕਈ ਇੱਦਾਂ ਹੁੰਦਾ ਨਾ ਸੋਸ਼ਲ ਮੀਡੀਆ 'ਤੇ ਹੋਰ ਤਰੀਕੇ ਨਾਲ ਪਾਗ ਦਿੰਦੇ ਆ ਆਪਣੀ ਇਮੇਜ, ਰੀਅਲ ਸ਼ੋਰ ਹੁੰਦੇ ਆ, ਬਟ ਮੇਰਾ ਇੱਦਾਂ ਕੁਛ ਨਹੀਂ ਹੈ। ਇਹ ਤਾਂ ਮੈਂ ਵੀ ਕਹਿ ਸਕਦੀ ਹਾਂ, ਔਨ ਕੈਮਰਾ ਜਾਂ ਆਫ ਕੈਮਰਾ, ਯੂ ਆਰ ਲਾਈਕ ਦ, ਮੈਂ ਹੁਣੇ ਵੀ ਸਟੋਰੀ ਪਾਈ, ਦ ਬਿਊਟੀਫੁਲ ਸੋਲ, ਲਾਈਕ ਯੂ ਆਰ ਵੈਰੀ ਨੈਚੁਰਲ। ਬਿਕੋਜ਼ ਲਾਈਕ ਸੋਸ਼ਲ ਮੀਡੀਆ ਇੱਦਾਂ ਦੀ ਚੀਜ਼ ਹੈਗੀ ਆ ਕਿ ਨਾ ਜੋ ਬਹੁਤ ਹੀ ਇੱਕ ਇਨਸਾਨ ਦੀ ਪਰਸਨੈਲਿਟੀ ਨੂੰ ਚੇਂਜ ਕਰ ਦਿੰਦੀ ਆ। ਔਨ ਕੈਮਰਾ ਕੁਛ ਹੋਰ ਹੋ ਜਾਂਦੇ ਆ ਐਂਡ ਆਫ ਕੈਮਰਾ ਯੂ ਆਰ ਡਿਫਰੈਂਟ, ਬਟ ਯੂ ਆਰ ਲਾਈਕ ਸੇਮ ਪਰਸਨ, ਦੈਟਸ ਵੈਰੀ ਨਾਈਸ। ਇੱਦਾਂ ਲੱਗਦਾ ਵੀ ਹੋਣਾ ਵੀ ਇੱਦਾਂ ਚਾਹੀਦਾ। ਮੈਂ ਬਹੁਤ ਲੋਕਾਂ ਨੂੰ ਮਿਲਦੀ ਹਾਂ ਐਂਡ ਮਤਲਬ ਇੱਦਾਂ ਨਹੀਂ ਆ, ਮੈਂ ਬਿਲਕੁਲ ਕਿਸੇ ਨੂੰ ਆਪਾਂ ਕਦੀ ਜੱਜ ਨਹੀਂ ਕਰਦੇ ਜੋ ਵੀ ਆ ਜਿੱਦਾਂ ਵੀ ਆ, ਪਰ ਮੈਂ ਕਹਿੰਦੀ ਹਾਂ ਵੀ ਸੋਸ਼ਲ ਮੀਡੀਆ ਤੋਂ ਕਿਸੇ ਨੂੰ ਵੀ ਦੇਖ ਕੇ ਨਾ ਸੋਚੋ ਬੰਦਾ ਇੱਦਾਂ ਇੱਦਾਂ, ਕਿਉਂਕਿ ਤੁਸੀਂ ਰੀਅਲ 'ਚ ਉਸ ਬੰਦੇ ਨੂੰ ਨਹੀਂ ਜਾਣਦੇ। ਸੋ ਜੇ ਰੀਅਲ 'ਚ ਜਾਣੋਗੇ ਫਿਰ ਤੁਸੀਂ ਉਸ ਬੰਦੇ ਬਾਰੇ ਤੁਸੀਂ ਕੋਈ ਗੱਲ ਕਰ ਸਕਦੇ ਹੋ, ਬੋਲ ਸਕਦੇ ਹੋ। ਇਸ ਕਰਕੇ ਸੋਸ਼ਲ ਮੀਡੀਆ ਵਾਲੀ ਇਮੇਜ ਤੋਂ ਨਾ ਬੰਦੇ ਨੂੰ ਜੱਜ ਕਰਿਆ ਕਰੋ। ਇੱਕ ਹੋਰ ਚੀਜ਼ ਮੈਂ ਕਹਿੰਦੀ ਹਾਂ ਤੁਹਾਡੇ ਸਾਲ ਤੋਂ ਬਿਨਾਂ ਹੀ ਕਹਿ ਦਿੰਦੀ ਹਾਂ ਵੀ ਆ, ਮਤਲਬ ਚਲੋ ਅਸੀਂ ਕੰਮ ਕਰਕੇ ਸੋਸ਼ਲ ਮੀਡੀਆ 'ਤੇ ਜੁੜੇ ਹਾਂ ਅਤੇ ਕੰਮ ਕਰਕੇ ਸਾਨੂੰ ਲੋਕ ਦੇਖਦੇ ਆ, ਇਹਦੇ ਨਾਲ ਹੀ ਦੇਖਣ ਵਧੀਆ ਹੈ। ਮੈਂ ਹਮੇਸ਼ਾ ਇੱਕ ਕੋਸ਼ਿਸ਼ ਕੀਤੀ, ਕਰਦੀ ਰਹੂੰਗੀ
ਕਿ ਮੈਨੂੰ ਜਿੰਨਾ ਵੀ ਲੋਕ ਜਾਣਦੇ ਇੱਦਾਂ ਨਹੀਂ ਵੀ ਰੂਪ ਆਪਣੀਆਂ ਫੋਟੋਜ਼ ਪਾ ਰਹੀ ਹੈ ਜਾਂ ਵੀਡੀਓਜ਼ ਪਾ ਰਹੀ ਹੈ, ਨਹੀਂ ਮੈਂ ਕੰਮ ਕਰਕੇ ਐਜ ਏ ਮੇਕਅਪ ਆਰਟਿਸਟ ਆਈ, ਇੱਥੋਂ ਹੀ ਮੇਰੀ ਪਹਿਚਾਣ ਬਣੀ ਕਿ ਉਹਦੇ ਨਾਲ ਹੀ ਮੈਨੂੰ ਲੋਕ ਜਾਣਨ। ਅਤੇ ਮਤਲਬ ਜਿੱਦਾਂ ਕਈ ਲੋਕ ਕਹਿੰਦੇ ਨਾ ਵੀ ਤੁਸੀਂ ਜਿੱਦਾਂ ਸੋਸ਼ਲ ਮੀਡੀਆ 'ਤੇ ਹੋ, ਰੀਅਲ ਲਾਈਫ 'ਚ ਵੀ ਉੱਦਾਂ ਨਹੀਂ, ਹਰ ਬੰਦਾ ਡਿਫਰੈਂਟ ਹੁੰਦਾ ਕੰਮ ਨੂੰ ਲੈ ਕੇ, ਕਈ ਚੀਜ਼ਾਂ ਕਈ ਵਾਰ ਲਾਈਫ 'ਚ ਅਪਡਾਊਨ ਆਉਂਦੇ ਆ, ਪਰ ਤੁਸੀਂ ਕੰਮ ਨੂੰ ਦਿਖਾਉਂਦੇ ਹੋ ਅਤੇ ਉਹ ਚੀਜ਼ਾਂ ਜ਼ਰੂਰੀ ਨਹੀਂ ਹਰ ਚੀਜ਼ ਰੀਅਲ ਹੋਵੇ, ਰੀਅਲ ਹੋਵੇ, ਹੈ ਨਾ। ਅਤੇ ਤੁਸੀਂ ਇਹ ਜਿਹੜੀ ਮੂਆਂ ਦੀ ਫੀਲਡ ਹੈਗੀ ਆ, ਇਹ ਤੁਹਾਨੂੰ ਇੰਟਰਸਟ ਕਦੋਂ ਤੋਂ ਪਿਆ ਇਸ ਚੀਜ਼ ਦੇ ਉੱਤੇ? ਮੈਨੂੰ ਸਟਾਰਟਿੰਗ ਤੋਂ, ਮੈਂ ਤਾਂ ਛੋਟੀ ਹੁੰਦੀ, ਮੇਰੀ ਤਾਂ ਫੈਮਿਲੀ ਬਹੁਤ ਸਟ੍ਰਿਕਟ ਫੈਮਿਲੀ 'ਚ ਮੈਂ ਲਾਈਕ, ਹੈ ਨਾ, ਮਤਲਬ ਮੈਨੂੰ ਇੱਦਾਂ ਲੱਗਦਾ ਵੀ ਮੇਰੇ ਘਰਦਿਆਂ ਨੂੰ ਹਜੇ ਵੀ ਉਹਨਾਂ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਇਸ ਟਾਈਮ ਵੀ, ਹਾਂ ਸਾਡੇ ਜਦੋਂ ਲੋਕ ਆ ਕੇ ਮਿਲਦੇ ਹੋਣਾ ਵੀ ਚਾਹੀਦਾ ਹੈ, ਕਮ ਔਨ, ਲਾਈਕ ਯੂ ਆਰ ਵਨ ਆਫ ਦ ਬੈਸਟ ਪੰਜਾਬੀ ਮੇਕਅਪ ਆਰਟਿਸਟ, ਬਹੁਤ ਮਤਲਬ ਹੋਣਾ ਵੀ ਚਾਹੀਦਾ ਆ। ਪਰ ਉਹਨਾਂ ਨੂੰ ਬਿਲਕੁਲ ਨੌਲੇਜ ਨਹੀਂ ਸੀ ਗੁਰਲੀਨ, ਜਿੱਦਾਂ ਦੀ ਫੈਮਿਲੀ 'ਚੋਂ ਮੈਂ ਹਾਂ, ਆਪਾਂ ਮਤਲਬ ਸੇਮ ਕਾਇੰਡ ਆਫ ਹੈ ਨਾ ਫੈਮਿਲੀਜ਼ 'ਚੋਂ ਬਿਲੋਂਗ ਕਰਦੇ ਹਾਂ, ਅਤੇ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਕੀ ਹੁੰਦੀ ਸੀ ਇਹ ਚੀਜ਼ਾਂ, ਹੈ ਨਾ। ਅਤੇ ਮੈਂ ਸ਼ੁਰੂ ਤੋਂ ਜਿਵੇਂ ਆਪਣੇ ਘਰ 'ਚ ਰਿਸ਼ਤੇਦਾਰਾਂ 'ਚ ਕਿਤੇ ਕਿਤੇ ਆਪਾਂ ਗਏ ਛੋਟੇ ਹੁੰਦਿਆਂ ਤੋਂ, ਕਿਸੇ ਦਾ ਮੇਕਅਪ ਲੈ ਲਿਆ ਕਿਸੇ ਨੂੰ, ਹੈ ਨਾ, ਉੱਦਾਂ ਪੁੱਛ ਲਿਆ ਵੀ ਹਾਂ ਮੈਂ ਆਹ ਮੇਕਅਪ ਲੈ ਲਾ, ਇੱਦਾਂ ਮੈਨੂੰ ਸ਼ੁਰੂ ਤੋਂ ਇੰਟਰਸਟ ਸੀ, ਅਤੇ ਫਿਰ ਹੌਲੀ ਹੌਲੀ ਘਰਦਿਆਂ ਨੂੰ ਬਣਾਇਆ। ਮੈਂ ਤਾਂ ਆਈ ਵਾਜ਼ ਲਾਈਕ ਅ ਕਾਈਂਡ ਆਫ ਪਰਸਨ, ਮੈਂ ਸਾਰਾ ਆਪਣੀ ਉਮਰ ਗੇਮ 'ਚ ਰਹੀ ਹਾਂ, ਮੈਨੂੰ 16 ਸਾਲ 'ਚ ਮੈਨੂੰ ਪਤਾ ਚੱਲਿਆ ਵੈਨ ਆਈ ਵਾਜ਼ 16 ਕਿ ਮੇਕਅਪ ਨਾਮ ਦੀ ਕੋਈ ਚੀਜ਼ ਹੁੰਦੀ ਆ। ਐਂਡ ਮੇਰੀ ਫੈਮਿਲੀ ਤਾਂ ਹਲੇ ਵੀ ਇੱਦਾਂ ਦੀ ਹੈ ਕਿ ਅਗਰ ਮੈਂ ਮੇਕਅਪ ਕਰ ਲੈਂਦੀ ਉਹਨਾਂ ਲੱਗਦਾ ਕਿਉਂ ਕਰਨਾ ਮੇਕਅਪ, ਲੋੜ ਹੀ ਨਹੀਂ ਹੈਗੀ, ਇਹ ਚੀਜ਼ ਤਾਂ ਸਭ ਦੇ ਕਰਦੇ ਕਹਿੰਦੇ, ਸਪੈਸ਼ਲੀ ਪੰਜਾਬੀ ਫੈਮਿਲੀ 'ਤੇ ਬਹੁਤ ਜ਼ਿਆਦਾ ਹੁੰਦੀ ਹੈ ਇਸ ਚੀਜ਼ ਦੇ ਉੱਤੇ। ਹਾਂਜੀ ਬਿਲਕੁਲ। ਅਤੇ ਜਿਹੜੀ ਅਮੂਆ ਦੇ ਕੋਰਸ ਵਗੈਰਾ ਕੀਤਾ, ਇਹ ਤੁਸੀਂ ਅੰਮ੍ਰਿਤਸਰ ਤੋਂ ਹੀ ਕੀਤਾ? ਹਾਂਜੀ, ਮੇਰੀ ਸਾਰੀ ਸਟੱਡੀ ਉੱਥੋਂ ਦੀ ਆ, ਮਤਲਬ ਮੈਂ ਪਹਿਲਾਂ ਜੋ ਸਕਿੰਨ ਦਾ ਕੀਤਾ ਯੂਨੀਵਰਸਿਟੀ ਤੋਂ, ਉਸ ਤੋਂ ਬਾਅਦ ਮੈਂ ਓਰੇਨ ਤੋਂ ਕੀਤਾ, ਜੋ ਵੀ ਮੈਂ ਸਾਰੀ ਸਟੱਡੀ ਕੀਤੀ ਹੈ, ਮੈਂ ਪ੍ਰੋਪਰ ਸਟੱਡੀ ਕਰਕੇ ਹੀ ਪ੍ਰੋਫੈਸ਼ਨ ਚੂਜ਼ ਕੀਤਾ, ਬਿਕੋਜ਼ ਮੈਨੂੰ ਇੱਦਾਂ ਲੱਗਦਾ ਹੈ ਵੀ ਜਿਵੇਂ ਅੱਜ ਕੱਲ੍ਹ ਟ੍ਰੈਂਡ ਆ ਯੂਟਿਊਬ ਤੋਂ ਵੀਡੀਓਜ਼ ਦੇਖ ਕੇ ਮੇਕਅਪ ਆਰਟਿਸਟ ਬਣ ਗਏ, ਜਾਂ ਸਾਨੂੰ ਮੇਕਅਪ ਕਰਨਾ ਆ ਗਿਆ ਸੀ ਮੇਕਅਪ ਆਰਟਿਸਟ, ਨਹੀਂ, ਹਰ ਇੱਕ ਚੀਜ਼ ਜਿੱਦਾਂ ਆਪਾਂ ਕੋਈ ਸਟੱਡੀ ਕਰਕੇ ਅੱਗੇ ਜਾਂਦੇ ਹਾਂ ਕੋਈ ਪ੍ਰੋਫੈਸ਼ਨ 'ਚ, ਇੱਦਾਂ ਹੀ ਮੇਕਅਪ ਆਰਟਿਸਟ ਦਾ ਪ੍ਰੋਫੈਸ਼ਨ। ਸੋ ਮੈਂ ਪ੍ਰੋਪਰ ਤਰੀਕੇ ਨਾਲ ਇਸ ਚੀਜ਼ 'ਤੇ ਵਰਕ ਕਰਕੇ ਇਸ ਚੀਜ਼ ਨੂੰ ਕੰਟੀਨਿਊ ਕੀਤਾ। ਅਤੇ ਰੂਪ, ਜਿਹੜਾ ਸੈਲੀਬ੍ਰਿਟੀ ਮੇਕਅਪ ਆਰਟਿਸਟ ਆ ਅਤੇ ਜਿਹੜਾ ਬ੍ਰਾਈਡ ਆ ਜਾਂ ਜਿਵੇਂ ਨੋਰਮਲ ਮੇਕਅਪ ਆਰਟਿਸਟ ਆ, ਹਰ ਕੋਈ ਜਿਹੜਾ ਮੇਕਅਪ ਆਰਟਿਸਟ ਹੁੰਦਾ ਉਹ ਇੰਡਸਟਰੀ ਵੱਲ ਨਹੀਂ ਜਾਂਦੇ ਹੈਗੇ, ਅਤੇ ਤੁਸੀਂ ਇੰਡਸਟਰੀ ਵੱਲ ਜਾਣ ਦਾ ਕਿਵੇਂ ਚੂਜ਼ ਕੀਤਾ? ਦੇਖੋ, ਮੈਂ ਜਦੋਂ ਮੇਕਅਪ ਕੀਤਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਹਾਂ ਇੰਡਸਟਰੀ ਕੀ ਹੁੰਦੀ ਆ, ਸ਼ੂਟਸ ਕੀ ਹੁੰਦੇ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਉਹ ਮਤਲਬ ਬਾਏ ਚਾਂਸ ਕਹਿ ਲਓ ਜਾਂ ਮਤਲਬ ਬਾਏ ਲੱਕ ਕਹਿ ਲਓ, ਇਹ ਚੀਜ਼ ਹੋਈ ਵੀ ਮੈਂ ਜਿੱਥੇ ਮਤਲਬ ਮੈਂ ਜਦੋਂ ਯੂਨੀਵਰਸਿਟੀ ਪੜ੍ਹਦੀ ਸੀ ਅਤੇ ਮੇਰੇ ਨਾਲ ਇੱਕ ਰੂਮਮੇਟ ਮੇਰੀ ਰਹਿੰਦੀ ਸੀ, ਉਹਨਾਂ ਦੇ ਕੋਈ ਨੋਨ ਸੀ, ਉਹ ਸ਼ੂਟਸ ਵਗੈਰਾ ਦਾ ਕਰਦੇ ਸੀ ਉਹਨਾਂ ਦੇ, ਮਤਲਬ ਉਹਨੂੰ ਪਤਾ ਸੀ ਵੀ ਮੈਂ ਮੇਕਅਪ ਦਾ ਕਰ ਰਹੀ ਹਾਂ ਕੋਰਸ, ਅਤੇ ਉਹਨੇ ਮੈਨੂੰ ਕਿਹਾ ਕਿ ਦੀ ਉਹਨਾਂ ਦੇ ਮੇਕਅਪ ਆਰਟਿਸਟ ਨੇ ਆਇਆ, ਉਹਨਾਂ ਨੂੰ ਪਤਾ ਹੈ ਵੀ ਤੁਹਾਡੇ ਨਾਲ ਜਿਹੜੇ ਰਹਿੰਦੇ ਉਹ ਮੇਕਅਪ ਦਾ ਕਰਦੇ, ਤੁਸੀਂ ਇੱਕ ਲੁੱਕ ਕਰਕੇ ਆ ਜਾਓ, ਹੈ ਨਾ ਵੀ ਇੱਦਾਂ। ਅਤੇ ਜਦੋਂ ਮੈਂ ਸ਼ੂਟ 'ਤੇ ਗਈ, ਮੈਂ ਉੱਥੇ ਸਾਰਾ ਦੇਖਿਆ, ਉਹਨਾਂ ਨੂੰ ਮੇਰਾ ਮੇਕਅਪ ਪਸੰਦ ਆਇਆ, ਜਦਕਿ ਮੈਂ ਤਾਂ ਬਹੁਤ ਨਰਵਸ ਸੀ, ਮੈਨੂੰ ਆਉਂਦਾ ਹੀ ਨਹੀਂ, ਅਜੇ ਆਪਾਂ ਜਦੋਂ ਕੋਈ ਚੀਜ਼ ਕਰ ਰਹੇ ਹੋਈਏ ਪ੍ਰੈਕਟਿਸ ਕਰ ਰਹੀ ਹੋਈਏ ਉਸ ਚੀਜ਼ ਦਾ ਡਰ ਹੁੰਦਾ, ਅਤੇ ਇੱਦਾਂ ਜਿਹੜਾ ਕਰੀਅਰ ਸਟਾਰਟ ਹੋਇਆ ਮੈਨੂੰ ਪਤਾ ਹੀ ਨਹੀਂ ਮੈਂ ਕਿਦੋਂ ਉੱਥੋਂ ਦਾ ਖਾ ਗਈ ਹਾਂ, ਪਤਾ ਹੀ ਨਹੀਂ ਲੱਗਿਆ। ਅਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੰਡਸਟਰੀ ਦੇ ਵਿੱਚ? ਹੁਣ ਮੈਨੂੰ 6 ਸਾਲ ਹੋ ਚੱਲੇ ਆ। ਵਾਓ, ਕਾਫੀ ਵਧੀਆ ਕਾ, ਕਿੱਦਾਂ ਦੀ ਰਹੀ ਤੁਹਾਡੀ ਇੰਡਸਟਰੀ ਵਿੱਚ ਜਰਨੀ? ਬਿਕੋਜ਼ ਜਿਵੇਂ ਨਾ ਸਾਰੇ, ਜਿਵੇਂ ਮੈਂ ਖੁਦ ਇਸ ਫੀਲਡ ਵਿੱਚ ਹੈਗਾ, ਸਾਨੂੰ ਕਾਫੀ ਸੁਣਨ ਨੂੰ ਮਿਲਦਾ ਆ ਕਿ ਇਟਸ ਨੋਟ ਅ ਵੈਰੀ ਸੇਫ ਇੰਡਸਟਰੀ, ਕੁੜੀਆਂ ਨੂੰ ਐਕਸਪਲੋਇਟ ਕੀਤਾ ਜਾਂਦਾ ਆ, ਜਾਂ ਫਿਰ ਮਤਲਬ ਅਗਰ ਵੇਜਿਸ ਦੇ ਹਿਸਾਬ ਨਾਲ ਵੀ ਗੱਲ ਕਰੀਏ, ਪੈਸੇ ਵੀ ਕੁੜੀਆਂ ਨੂੰ ਘੱਟ ਮਿਲਦੇ ਆ ਐਜ਼ ਕੰਪੇਅਰ ਟੂ ਮੇਲ ਆਰਟਿਸਟ ਵਗੈਰਾ, ਜਿਹੜੇ ਮੇਲ ਮੇਕਅਪ ਆਰਟਿਸਟ ਹੈਗੇ ਉਹਨਾਂ ਦੀ ਸੈਲਰੀਜ਼ ਵੱਧ ਹੁੰਦੀਆਂ, ਇਹ ਚੀਜ਼ਾਂ 'ਚ ਮਤਲਬ ਬੜੀ ਓਨਰ ਸੇ ਅਤੇ ਕੀ ਟੇਕ ਲਓਗੇ? ਦੇਖੋ, ਮੈਂ ਜਿੰਨਾ ਜਦੋਂ ਮੈਂ ਇੰਡਸਟਰੀ 'ਚ ਆਈ ਸੀ ਉਦੋਂ ਤਾਂ ਮੇਕਅਪ ਆਰਟਿਸਟ ਦੀ ਕੋਈ ਰਿਸਪੈਕਟ
ਮਤਲਬ ਇਹ ਪ੍ਰੋਫੈਸ਼ਨ ਨੂੰ ਇੱਦਾਂ ਮੰਨਿਆ ਜਾਂਦਾ ਸੀ ਵੀ ਐਵੇਂ ਹੀ ਆ, ਹੈ ਨਾ। ਅਤੇ ਮੈਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਅਤੇ ਅੱਗੇ ਵੀ ਕਰਦੀ ਰਹੂੰਗੀ ਕੀਤੀ ਕਿ ਪੈਸਾ ਬਾਅਦ 'ਚ, ਪਹਿਲਾਂ ਸੈਲਫ ਰਿਸਪੈਕਟ। ਜੇ ਤੁਹਾਨੂੰ ਕੋਈ ਇੱਜ਼ਤ ਨਹੀਂ ਦੇ ਰਿਹਾ ਜਾਂ ਤੁਹਾਨੂੰ ਕੋਈ ਤੂੰ ਕਰਕੇ ਬੁਲਾ ਰਿਹਾ ਜਾਂ ਤੁਹਾਨੂੰ ਕੋਈ ਉਹ ਕਰਕੇ ਬੁਲਾ ਰਿਹਾ ਤਾਂ ਤੁਹਾਡੇ ਪੈਸੇ ਕਮਾਏ ਦਾ ਕੋਈ ਫਾਇਦਾ ਨਹੀਂ। ਅਤੇ ਮੈਂ ਹਮੇਸ਼ਾ ਇਸ ਚੀਜ਼ ਨੂੰ, ਬਾਕੀ ਜੇ ਸੇਫ ਨਾ ਸੇਫ ਵਾਲੀ ਇੱਦਾਂ ਦੀ ਕੋਈ ਚੀਜ਼ ਨਹੀਂ, ਮੈਨੂੰ ਇੱਦਾਂ ਲੱਗਦਾ ਵੀ ਇਹ ਤੁਹਾਡੇ ਆਪਣੇ 'ਤੇ ਡਿਪੈਂਡ ਕਰਦਾ। ਮੈਨੂੰ ਅੱਜ ਤੱਕ ਇਹੋ ਜਿਹੀ ਚੀਜ਼ ਕਦੀ ਫੇਸ ਹੀ ਨਹੀਂ ਕਰਨੀ ਪਈ, ਮੈਨੂੰ ਤਾਂ ਬਹੁਤ ਵਧੀਆ ਰਿਹਾ ਮੇਰਾ ਐਕਸਪੀਰੀਅੰਸ। ਹਾਂ ਮਤਲਬ ਥੋੜ੍ਹਾ ਜਿਹਾ ਆਪਣੀ ਪਹਿਚਾਣ ਨੂੰ ਅੱਗੇ ਲਿਆਉਣ 'ਚ ਜਾਂ ਲੋਕਾਂ ਨੂੰ ਦੱਸਣ ਲਈ ਕਿ ਜੇ ਤੁਸੀਂ ਐਜ ਏ ਸਿੰਗਰ ਕਿਸੇ ਨੂੰ ਰਿਸਪੈਕਟ ਦਿੰਦੇ ਹੋ, ਮਾਡਲ ਦਿੰਦੇ ਹੋ, ਮਾਡਲਿੰਗ ਪ੍ਰੋਫੈਸ਼ਨ ਹੈ ਨਾ, ਡਾਇਰੈਕਟਰ ਨੂੰ ਆਪਣਾ ਪ੍ਰੋਫੈਸ਼ਨ ਦੀ ਰਿਸਪੈਕਟ ਹੁੰਦੀ ਹੈ, ਅਤੇ ਇੱਦਾਂ ਹੀ ਮੇਕਅਪ ਆਰਟਿਸਟ ਆ ਜਿਹੜੇ ਕਿ ਦੂਜੇ ਆਪਣੇ ਕੰਮ ਕਰੀ ਜਾਂਦੇ ਆ, ਪੈਸੇ ਲੈ ਕੇ ਘਰ ਚਲੇ ਗਏ। ਮੈਂ ਨਹੀਂ ਕੀਤਾ, ਮੈਂ ਉਹਨਾਂ ਨੂੰ ਕਿਹਾ ਵੀ ਇਸ ਪ੍ਰੋਫੈਸ਼ਨ ਨੂੰ ਵੀ ਉਨੀ ਇੱਜ਼ਤ ਦਿਓ। ਅਤੇ ਜਿਵੇਂ ਤੁਹਾਨੂੰ 6 ਸਾਲ ਹੋ ਗਏ ਆ, ਇਨੀਸ਼ਲੀ ਜਦੋਂ ਤੁਸੀਂ ਸਟਾਰਟ ਕੀਤਾ ਸੀ ਉਦੋਂ ਤੁਹਾਡੇ ਐਕਸਪੀਰੀਅੰਸਿਸ ਕੁਛ ਹੋਰ ਹੋਣਗੇ, ਬਾਏ ਦਾ ਟਾਈਮ ਆਪਾਂ ਅੱਜ ਪਹੁੰਚੇ ਤਾਂ ਟ੍ਰੈਂਡ ਵੀ ਚੇਂਜ ਹੋਇਆ, ਐਕਸਪੀਰੀਅੰਸਿਸ ਵੀ ਚੇਂਜ ਹੋਇਆ, ਕਈ ਨਵੇਂ ਬਣੇ ਆ ਅਤੇ ਕਈ ਪੁਰਾਣੇ ਛੁੱਟੇ ਹੋਣੇ ਆ, ਤੁਹਾਨੂੰ ਮੇਜਰ ਡਿਫਰੈਂਸ ਕੀ ਲੱਗਦਾ ਉਹਨਾਂ ਦੇ ਵਿੱਚ? ਮੈਨੂੰ ਇੱਦਾਂ ਲੱਗਦਾ ਕਿ ਆਪਾਂ ਡੇਲੀ ਬੜੇ ਐਕਸਪੀਰੀਅੰਸ ਕਰਦੇ ਹਾਂ, ਬਿਲਕੁਲ ਬਹੁਤ, ਮਤਲਬ ਤੁਹਾਨੂੰ ਹਰ ਤਰ੍ਹਾਂ ਦੇ ਲੋਕ ਮਿਲਦੇ ਆ, ਉਹਦੇ ਨਾਲ ਨਾਲ ਹੀ ਤੁਹਾਡਾ ਕੰਮ 'ਚ ਵੀ ਅਪਸ ਡਾਊਨ ਆਉਂਦੇ ਆ, ਚੀਜ਼ਾਂ ਵੀ ਬਦਲਦੀਆਂ ਹੈ, ਲੋਕ ਵੀ ਬਦਲਦੇ ਆ ਟਾਈਮ ਨਾਲ, ਹੈ ਨਾ, ਬਹੁਤ ਆਪਣੇ 'ਚ ਵੀ ਬੜਾ ਚੇਂਜ ਆਉਂਦਾ, ਆਪਾਂ ਬਹੁਤ ਕੁਛ ਸਿੱਖਦੇ ਹਾਂ ਕਿਉਂਕਿ ਬੰਦਾ ਰੋਜ਼ ਹੀ ਸਿੱਖਦਾ ਹੈ, ਆਪਣੇ 'ਚ ਵੀ ਬਹੁਤ ਕਮੀਆਂ ਹੁੰਦੀਆਂ ਹੈ, ਆਪਾਂ ਉਹਨਾਂ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਚੀਜ਼ਾਂ ਬੈਲੈਂਸ ਨਾਲ ਹੀ ਚੱਲਦੀਆਂ, ਹੈ ਨਾ। ਚੇਂਜ ਇੱਦਾਂ ਵੀ ਟ੍ਰੈਂਡ ਤਾਂ ਡੇਲੀ ਚੇਂਜ ਹੁੰਦਾ, ਹੈ ਨਾ, ਮੇਕਅਪ ਦਾ ਲੈ ਲਓ ਕੋਈ ਵੀ ਟ੍ਰੈਂਡ ਆ, ਅਤੇ ਸਪੈਸ਼ਲੀ ਮੇਕਅਪ ਆਰਟਿਸਟ ਲਈ ਤਾਂ ਮਤਲਬ ਬਹੁਤ ਚੀਜ਼ਾਂ ਜਿਹੜੀਆਂ ਨਵੀਆਂ ਹੈ, ਮੈਂ ਤਾਂ ਉਹਨਾਂ ਚੀਜ਼ਾਂ ਨੂੰ ਡੇਲੀ ਦੇਖਦੀ ਹਾਂ ਵੀ ਮੈਂ ਕਿਤੇ ਪਿੱਛੇ ਨਾ ਇਸ, ਕਿਉਂਕਿ ਓਬਵੀਅਸ ਜਦੋਂ ਨਵੀਆਂ ਚੀਜ਼ਾਂ ਆਉਂਦੀਆਂ ਆਪਣੇ ਆਪ ਨੂੰ ਚੇਂਜ ਕਰਨਾ ਹੀ ਪੈਂਦਾ ਹੈ, ਹੈ ਨਾ। ਅਤੇ ਮੈਂ ਦੇਖਦੀ ਰਹਿੰਦੀ ਹਾਂ ਨਵੀਂ ਚੀਜ਼ ਆਈ, ਮੈਂ ਆਪਣੇ ਆਪ 'ਤੇ ਵਰਕ ਕਰਦੀ ਹਾਂ, ਉਹਨੂੰ ਸਿੱਖਦੀ ਹਾਂ ਵੀ ਉਹ ਚੀਜ਼ ਆਪਣੇ ਕੰਮ 'ਚ ਲੈ ਕੇ ਆਵਾਂ, ਉਹ ਚੀਜ਼ਾਂ ਚੱਲਦੀਆਂ। ਅਤੇ ਰੂਪ ਕਦੀ ਡਰ ਨਹੀਂ ਲੱਗਦਾ ਜਿਵੇਂ ਨਵੇਂ ਨਵੇਂ ਟ੍ਰੈਂਡਸ ਆ ਰਹੇ ਆ, ਨਵੇਂ ਨਵੇਂ ਯੰਗ ਵੀ ਕਾਫੀ ਅੱਜ ਕੱਲ੍ਹ ਤਾਂ ਬਹੁਤ ਹੀ ਛੋਟੀ ਛੋਟੀ ਕੁੜੀਆਂ ਮੇਕਅਪ ਆਰਟਿਸਟ ਬਣ ਰਹੀਆਂ ਆ, ਕਦੀ ਇਸ ਦਾ ਡਰ ਨਹੀਂ ਲੱਗਦਾ ਕਿ ਮੇਰਾ ਜਿਹੜਾ ਪ੍ਰੋਫੈਸ਼ਨ ਹੈਗਾ ਮੇਰੇ ਤੋਂ ਮਤਲਬ ਸਟੈਪ ਬੈਕ ਨਾ ਹੋ ਜਾਏ ਕਦੀ? ਨਹੀਂ ਦੇਖੋ, ਮੈਨੂੰ ਇੱਦਾਂ ਦਾ ਕਦੀ ਡਰ ਨਹੀਂ ਹੋਇਆ। ਬਾਕੀ ਇਹ ਹੈ ਕਿ ਜਿਵੇਂ ਦੂਜਿਆਂ ਦਾ ਕੰਮ ਆ, ਜਿਵੇਂ ਮੰਨ ਲਓ ਤੁਸੀਂ ਕੋਈ ਵੀ ਕੋਈ ਜੋਬ ਕਰ ਰਿਹਾ, ਗੌਰਮੈਂਟ ਜਾਂ ਪ੍ਰਾਈਵੇਟ ਜੋਬ ਕਰ ਰਿਹਾ, ਉਹਨਾਂ ਨੂੰ 1 ਮਹੀਨੇ ਬਾਅਦ ਉਹਨਾਂ ਦੀ ਸੈਲਰੀ ਮਿਲ ਜਾਣੀ। ਜੇ ਕੋਈ ਆਰਟਿਸਟ ਆ ਅਤੇ ਉਹ ਯੂਟਿਊਬ 'ਤੇ ਆਪਣਾ ਕੰਮ ਪਾਊਗਾ, ਉਹਨਾਂ ਨੂੰ ਜਿਹੜਾ ਮੇਕਅਪ ਆਰਟਿਸਟ ਦਾ ਪ੍ਰੋਫੈਸ਼ਨ ਆ ਉਹ ਦਿਖੂਗਾ ਸੋਸ਼ਲ ਮੀਡੀਆ 'ਤੇ ਜਾਂ ਡੇਲੀ ਅਪਡੇਟ ਰਹੂਗਾ ਅਤੇ ਉਹਦਾ ਕੰਮ ਆ, ਹੈ ਨਾ। ਸੋ ਮੈਨੂੰ ਡੇਲੀ ਆਪਣੇ ਆਪ ਨੂੰ ਨਵੇਂ ਤਰੀਕੇ ਨਾਲ ਆਪਣੇ ਸੋਸ਼ਲ ਮੀਡੀਆ 'ਤੇ ਜਾਂ ਆਪਣੇ ਕੰਮ ਨੂੰ ਦਿਖਾਉਣਾ ਪੈਂਦਾ ਹੈ, ਅਤੇ ਮੇਰੇ ਮਨ 'ਚ ਇੱਦਾਂ ਦਾ ਕੋਈ ਡਰ ਨਹੀਂ ਰਿਹਾ ਬਿਕਾਜ਼ ਹਰ ਬੰਦਾ ਇੱਥੇ ਆਪਣੀ ਮਿਹਨਤ ਦਾ ਖਾਂਦਾ ਹੈ। ਦੇਖੋ ਅੱਜ ਮੈਂ ਹਾਂ, ਕੱਲ੍ਹ ਕੋਈ ਹੋਰ ਸੀ, ਅੱਗੇ ਕੋਈ ਹੋਰ ਹੋਣਾ, ਜ਼ਿੰਦਗੀ ਇਹ ਚੱਲਦੀ ਰਹਿਣੀ ਹੈ। ਇਹ ਚੀਜ਼ਾਂ ਸੋਚਾਂਗੇ ਤਾਂ ਫਿਰ ਆਪਾਂ ਜੀਅ ਨਹੀਂ ਪਾਵਾਂਗੇ, ਕਿਉਂਕਿ ਮੈਂ ਨੈਗੇਟਿਵ ਚੀਜ਼ਾਂ ਤੋਂ, ਨੈਗੇਟਿਵਿਟੀ ਤੋਂ ਬਹੁਤ ਦੂਰ ਰਹਿੰਦੀ ਹਾਂ। ਸੋ ਮੈਨੂੰ ਇੱਦਾਂ ਹੁੰਦਾ ਪੋਜ਼ਿਟਿਵਿਟੀ ਨਾਲ ਚੱਲੋ, ਜਿੰਨਾ ਟਾਈਮ ਹੈ ਉਹਨੂੰ ਵਧੀਆ ਜੀਓ, ਹਾਰਡਵਰਕ ਕਰੋ, ਲੱਗੇ ਰਹੋ। ਬਹੁਤ ਸੋਹਣੀ ਗੱਲ ਬੋਲੀ ਤੁਸੀਂ, ਜਿਵੇਂ ਤੁਸੀਂ ਨੈਗੇਟਿਵਿਟੀ ਬਾਰੇ ਗੱਲ ਬੋਲੀ ਹੈ ਨਾ, ਆਪਾਂ ਇਨਸਾਨ ਹੈਗੇ ਹਾਂ ਐਂਡ ਨੈਗੇਟਿਵਿਟੀ ਕੰਜ਼ਿਊਮ ਕਰਨਾ ਹੋ ਜਾਂਦੀ ਆ, ਆਪਾਂ ਜਿੰਨਾ ਮਰਜ਼ੀ ਕਹੀਏ ਪੋਜ਼ਿਟਿਵਿਟੀ ਪੋਜ਼ਿਟਿਵਿਟੀ, ਪਰ ਕਈ ਨਾ ਕਈ ਵਾਰ ਲੋਕਾਂ ਦੀਆਂ ਨੈਗੇਟਿਵ ਕਮੈਂਟਸ ਜਿਹੜੇ ਆ ਸਾਡੇ ਅੰਦਰ ਆ ਹੀ ਜਾਂਦੇ ਆ। ਜਦੋਂ ਤੁਹਾਨੂੰ ਅਗਰ ਇਹੋ ਜਿਹੀ ਇੱਕ ਚੀਜ਼ ਕਦੀ ਲਾਈਫ ਵਿੱਚ ਪਰਸਨਲੀ ਜਾਂ ਪ੍ਰੋਫੈਸ਼ਨਲੀ ਫੇਸ ਕਰਨੀ ਪੈਂਦੀ ਆ, ਤੁਸੀਂ ਆਪਣੀ ਨੈਗੇਟਿਵਿਟੀ ਨੂੰ ਕਿਵੇਂ ਓਵਰਕਮ ਕਰਦੇ ਹੋ? ਮੈਂ ਬਹੁਤ ਇਮੋਸ਼ਨਲ ਕਾਇੰਡ ਆਫ ਪਰਸਨ ਹਾਂ, ਹੈ ਨਾ, ਮਤਲਬ ਹਰ ਬੰਦੇ 'ਚ ਇਮੋਸ਼ਨਸ ਹੁੰਦੇ ਆ ਅਤੇ ਮੈਂ ਬਹੁਤ ਸੈਂਸਿਟਿਵ ਹਾਂ, ਮਤਲਬ ਮੈਨੂੰ ਬਹੁਤ ਛੇਤੀ ਚੀਜ਼ਾਂ ਹਰਟ ਕਰਦੀਆਂ,
ਇਸੇ ਕਰਕੇ ਮੈਂ ਜ਼ਿਆਦਾ ਲੋਕਾਂ ਨਾਲ ਖੋਲਦੀ ਨਹੀਂ ਹਾਂ ਕਿਉਂਕਿ ਮੇਰੇ ਵੀਕ ਪੁਆਇੰਟਸ ਬਹੁਤ ਛੇਤੀ ਪਤਾ ਲੱਗ ਜਾਂਦੇ ਆ ਕਿਸੇ ਨੂੰ। ਸੋ ਮੈਨੂੰ ਇੱਦਾਂ ਲੱਗਦਾ ਹੈ ਵੀ ਜਿਹੜੀ ਨੈਗੇਟਿਵਿਟੀ ਆ ਮੈਨੂੰ ਮੇਰੇ ਸੋਸ਼ਲ ਮੀਡੀਆ 'ਤੇ ਜਾਂ ਇੱਦਾਂ ਦਾ ਕਮੈਂਟ ਕਦੀ ਕੋਈ ਮਾੜਾ ਜਾਂ ਨੈਗੇਟਿਵ ਕਮੈਂਟ ਨਹੀਂ ਆਇਆ। ਜਿੰਨਾ 'ਚ ਤੁਸੀਂ ਕੰਮ ਕਰ ਰਹੇ ਹੋ ਜਿਹੜੇ ਤੁਹਾਡੇ ਆਲੇ ਦੁਆਲੇ ਵਾਲੇ ਲੋਕ ਆ ਉਹਨਾਂ ਤੋਂ ਬਹੁਤ ਚੀਜ਼ਾਂ ਉਹ ਤੁਹਾਡੇ ਫੇਸ 'ਤੇ ਨਹੀਂ ਬੋਲਦੇ ਪਰ ਪਿੱਛੇ ਬੋਲਦੇ ਆ, ਉਹ ਚੀਜ਼ਾਂ ਫੇਸ ਕਰਦੇ ਆ ਜਾਂ ਉਹ ਚੀਜ਼ਾਂ ਸੁਣਦੇ ਆ, ਅਤੇ ਮੈਂ ਉਹਨਾਂ ਚੀਜ਼ਾਂ ਤੋਂ ਬਹੁਤ ਹਰਟ ਹੁੰਦੀ ਹਾਂ ਬਿਕੋਜ਼ ਆਪਾਂ ਘਰ ਤੋਂ ਬਾਹਰ ਰਹਿੰਦੇ ਹਾਂ, ਘਰਦਿਆਂ ਤੋਂ ਦੂਰ, ਹਰ ਚੀਜ਼ ਉਹਨਾਂ ਨੂੰ ਨਹੀਂ ਦੱਸ ਪਾਉਂਦੇ। ਸੋ ਮੈਨੂੰ ਉਹ ਚੀਜ਼ਾਂ ਜਦੋਂ ਹਰਟ ਕਰਦੇ ਆ ਫਿਰ ਮੈਂ ਇੱਥੇ ਮਤਲਬ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਆ, ਮੈਂ ਇਕੱਲੀ ਜਾ ਕੇ ਉੱਥੇ ਬਹਿ ਜਾਂਦੀ ਪਤਾ ਨਹੀਂ ਕਿੰਨੇ ਕਿੰਨੇ ਘੰਟੇ, ਮੈਨੂੰ ਵਧੀਆ ਲੱਗਦਾ। ਜਦੋਂ ਮੈਂ ਪ੍ਰੋਪਰ ਤਰੀਕੇ ਨਾਲ ਸੈੱਟ ਹੋ ਜਾ ਫਿਰ ਮੈਂ ਉੱਥੋਂ ਆਉਂਦੀ ਹਾਂ। ਮੈਨੂੰ ਨਹੀਂ ਵਧੀਆ ਲੱਗਦਾ ਮੈਂ ਕਿਸੇ ਨੂੰ ਫੋਨ ਲਾ ਕੇ ਦੱਸਾਂ ਵੀ ਮੇਰੀ ਲਾਈਫ ਚਾਹ ਹੋਇਆ ਜਾਂ ਇੱਦਾਂ ਚੱਲ ਰਿਹਾ, ਮੈਨੂੰ ਨਹੀਂ ਵਧੀਆ ਲੱਗਦਾ। ਮੈਂ ਉੱਥੇ ਬੈਠੀ ਰਹਿੰਦੀ ਭਾਵੇਂ ਮੈਂ ਰੋਵਾਂ ਭਾਵੇਂ ਮੈਂ ਹੱਸਾਂ, ਮੈਂ ਉੱਥੇ ਹਾਂ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਪਰਮਾਤਮਾ ਤੋਂ ਉੱਤੇ ਕੁਛ ਨਹੀਂ ਹੈ। ਅਤੇ ਮੈਂ ਹਮੇਸ਼ਾ ਟਰਾਈ ਕਰਦੀ ਹਾਂ ਆਪਣਾ ਬੈਸਟ ਦੇਣ ਦੀ, ਰਿਸ਼ਤੇ ਹੋਣ ਜਾਂ ਕੰਮ ਹੋਣ। ਅਤੇ ਜੇ ਮੈਨੂੰ ਇੱਦਾਂ ਦੀਆਂ ਚੀਜ਼ਾਂ ਸੁਣਦੀਆਂ ਜਾਂ ਮੈਂ ਉਹਨਾਂ ਨਾਲ ਲੜਨ ਦੀ ਬਜਾਏ ਇੱਥੇ ਕਹਿੰਦੀ ਕਿ ਪਰਮਾਤਮਾ ਤੂੰ ਸਭ ਦੇਖਦਾ ਹੈ ਨਾ, ਅਤੇ ਇੱਦਾਂ ਹੀ ਆਪੇ ਬੰਦਾ ਇਹਨਾਂ ਚੀਜ਼ਾਂ 'ਚੋਂ ਨਿਕਲ ਸਕਦਾ। ਕਿ ਜੇ ਤੁਸੀਂ ਦੂਜਿਆਂ ਨਾਲ ਗੱਲਾਂ ਕਰੋਗੇ ਵੀ ਤੁਸੀਂ ਮੇਰੇ ਬਾਰੇ ਆਹ ਕਿਹਾ ਜਾਂ ਉਹ ਕਿਹਾ, ਨਾ ਤਾਂ ਕੋਈ ਮੰਨਦਾ ਹੈ ਨਾ, ਕਿਸੇ ਨੇ ਨਹੀਂ ਮੰਨਣਾ ਹੁੰਦਾ ਤੁਹਾਡੇ ਮੂੰਹ 'ਤੇ, ਪਿੱਛੇ ਹਰ ਕੋਈ ਬੋਲੂਗਾ ਪਰ ਮੂੰਹ 'ਤੇ ਕੋਈ ਨਹੀਂ ਇੱਦਾਂ ਮੰਨੂਗਾ। ਸੋ ਉਹ ਚੀਜ਼ਾਂ ਜਾਂ ਬਹਿਸ ਕਰਨ ਲੜਾਈ ਕਰਨ ਨਾਲੋਂ ਕਿਸੇ ਨੂੰ ਚੰਗਾ ਵੀ ਤੁਸੀਂ ਪਰਮਾਤਮਾ ਨਾਲ ਗੱਲਾਂ ਕਰੋ ਵੀ ਇੱਦਾਂ ਚੀਜ਼ਾਂ ਹੋਈਆਂ, ਤੁਸੀਂ ਆਪੇ ਵੇਖਣਾ ਹੈ ਨਾ। ਰੂਪ, ਮੈਂ ਜਿਵੇਂ ਜਿੰਨਾ ਤੱਕ ਤੁਹਾਨੂੰ ਜਾਣਦੀ ਹਾਂ ਨਾ, ਤੁਸੀਂ ਇੱਕ ਬਹੁਤ ਹੀ ਸਟਰੋਂਗ ਅਤੇ ਇੰਡੀਪੈਂਡੈਂਟ ਫੀਮੇਲ ਹੈਗੇ ਹੋ ਇਸ ਇੰਡਸਟਰੀ ਵਿੱਚ, ਐਂਡ ਯੂ ਆਰ ਦਾ ਓਨਲੀ ਫੀਮੇਲ ਆਰਟਿਸਟ ਇਨ ਦਿਸ ਇੰਡਸਟਰੀ। ਅਤੇ ਤੁਹਾਡਾ ਇੱਕ ਨੇਚਰ ਹੈਗਾ ਆ ਜੋ ਕਿ ਹਰ ਕੋਈ ਨਹੀਂ ਡੀਲ ਕਰ ਸਕਦਾ ਉਹਦੇ ਨਾਲ, ਜਿਵੇਂ ਤੁਸੀਂ ਹਰ ਚੀਜ਼ ਜਿਹੜੀ ਨਾ ਤੁਸੀਂ ਜੋ ਅੰਦਰੋਂ ਹੋ ਤੁਸੀਂ ਉਹੀ ਬਾਹਰੋਂ ਹੋ, ਅਤੇ ਤੁਸੀਂ ਉਹ ਚੀਜ਼ ਬੋਲ ਦਿੰਦੇ ਹੋ ਕਿਸੇ ਨੂੰ ਅਪਫਰੰਟ ਬੋਲ ਦਿੰਦੇ ਹੋ, ਅਤੇ ਅਗਲਾ ਬੰਦਾ ਉਹਨੂੰ ਚੰਗੇ ਤਰੀਕੇ ਲਵੇ ਜਾਂ ਨਾ ਲਵੇ, ਅਤੇ ਉਹਦੇ ਰੈਪੋਕੇਸ਼ਨ ਵੀ ਉਹਦੇ ਨਾਲ ਆਉਂਦੇ ਆ। ਅਤੇ ਜਦੋਂ ਕੋਈ ਚੀਜ਼ ਤੁਹਾਨੂੰ ਨੈਗੇਟਿਵ ਫੀਲ ਹੁੰਦੀ ਆ ਜਾਂ ਉਹਨਾਂ ਦੇ ਰੈਪੋਕੇਸ਼ਨ, ਤੁਸੀਂ ਕਿਵੇਂ ਡੀਲ ਕਰਦੇ ਉਹਨਾਂ ਨਾਲ? ਦੇਖੋ ਬਿਰਲੀਨ, ਮੈਂ ਇਹ ਚੀਜ਼ ਮੰਨਦੀ ਹਾਂ ਜ਼ਿੰਦਗੀ ਇੱਕ ਵਾਰੀ ਮਿਲੀ ਆ, ਹੈ ਨਾ, ਅਤੇ ਤੁਸੀਂ ਚੰਗੇ ਹੋਵੋ ਮਾੜੇ ਹੋਵੋ ਮਤਲਬ ਜਿੱਦਾਂ ਵੀ ਆ, ਜਿੰਨਾ ਤੁਸੀਂ ਕਮਾਓਗੇ ਆਪਣੀ ਮਿਹਨਤ ਦਾ ਖਾਓਗੇ, ਕਿਸੇ ਨੇ ਤੁਹਾਨੂੰ ਘਰ ਨਹੀਂ ਦੇ ਕੇ ਜਾਣਾ, ਹੈ ਨਾ। ਜਦੋਂ ਆਪਾਂ ਕਿਸੇ ਤੋਂ ਕੁਛ ਲੈਣਾ ਹੀ ਨਹੀਂ ਜਾਂ ਦੇਣਾ ਨਹੀਂ ਆ ਜਾਂ ਕੁਛ ਵੀ ਆ, ਤਾਂ ਕਿਸੇ ਦਾ ਨੈਗੇਟਿਵ ਜਾਂ ਮਾੜਾ ਜਾਂ ਕਿਸੇ ਦੀ ਵਿੱਚ ਵਿੱਚ ਕਰਕੇ ਜਾਂ ਹਾਂਜੀ 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 ਕਹੋ, ਹਾਂਜੀ ਹੀ ਕਹਿਣਾ ਚਾਹੀਦਾ, ਪਰ ਜੇ ਤੁਹਾਨੂੰ ਅਗਲਾ ਹਾਂਜੀ ਕਹਿ ਰਿਹਾ, ਮੈਂ ਇਹ ਮੰਨਦੀ ਹਾਂ। ਅਤੇ ਮੈਂ ਸ਼ੁਰੂ ਤੋਂ ਇੱਦਾਂ ਦੀ ਹਾਂ, ਜੇ ਮੈਨੂੰ ਲੱਗਾ ਕਿ ਕਿਸੇ ਨੇ ਮੈਨੂੰ ਕੋਈ ਵੱਧ ਘੱਟ ਗੱਲ ਕਹੀ ਜਾਂ ਮੈਨੂੰ ਲੱਗ ਰਿਹਾ ਵੀ ਉਹ ਬੰਦਾ ਕੋਈ ਗਲਤ ਗੱਲ ਕਰ ਰਿਹਾ ਹੈ ਜਾਂ ਮਤਲਬ ਮੈਨੂੰ ਲੱਗਦਾ ਵੀ ਮੈਨੂੰ ਇੱਥੇ ਬੋਲਣਾ ਚਾਹੀਦਾ, ਤਾਂ ਮੈਂ ਬੋਲ ਦਿੰਦੀ ਹਾਂ। ਮੈਂ ਇੱਦਾਂ ਦੀ ਹਾਂ ਸ਼ੁਰੂ ਤੋਂ, ਇੱਦਾਂ ਨਹੀਂ ਹੈ ਵੀ ਮੈਂ ਹਰ ਕਿਸੇ ਨੂੰ ਪੁਆਇੰਟ ਆਊਟ ਕਰਦੀ ਹਾਂ ਕਿਸੇ ਦੀ ਗੱਲ 'ਚ ਬੋਲਾਂ, ਕਦੀ ਵੀ ਨਹੀਂ। ਜਿੱਥੇ ਮੈਨੂੰ ਗਲਤ ਲੱਗਦਾ ਤਾਂ ਮੈਂ ਹਮੇਸ਼ਾ ਆਪਣਾ ਪੁਆਇੰਟ ਰੱਖਦੀ ਹਾਂ, ਬਿਕੋਜ਼ ਰੱਖਣਾ ਚਾਹੀਦਾ। ਆਪਾਂ ਕਿਉਂ ਕਿਸੇ ਦੀ ਕੋਈ ਵੀ ਗੱਲ ਨੂੰ, ਹੈ ਨਾ, ਜੇ ਮੈਨੂੰ ਕੋਈ ਬੋਲੇ ਤਾਂ ਮੈਂ ਕਹਿੰਦੀ ਹਾਂ ਵੀ ਨਹੀਂ, ਇਹ ਤੁਹਾਡੀ ਇੰਨੀ ਲਿਮਿਟ ਆ, ਮੈਂ ਇਸ ਤੋਂ ਵੱਧ ਕ੍ਰੋਸ ਨਹੀਂ ਕਰਦੀ, ਅਤੇ ਨਾ ਹੀ ਤੁਸੀਂ ਕਰੋ, ਕਿਉਂਕਿ ਜੇ ਤੁਸੀਂ ਕੁਛ ਕੁਛ ਵੱਧ ਘੱਟ ਕਰਤਾ ਸੋ ਮੈਨੂੰ ਬਰਦਾਸ਼ਤ ਨਹੀਂ ਹੋਣਾ। ਸੋ ਇੱਦਾਂ ਇਹ ਚੀਜ਼ਾਂ, ਅਤੇ ਮੈਂ ਇਹ ਚੀਜ਼ ਨਾ ਬਹੁਤ ਬਹੁਤ ਨੈਗੇਟਿਵਿਟੀ ਫੇਸ ਕਰਦੀ ਹਾਂ, ਬਿਕੋਜ਼ ਲੋਕਾਂ ਨੂੰ ਉਹ ਲੋਕ ਪਸੰਦ ਆ ਜਿਹੜੇ ਚਮਚਾਗਿਰੀਆਂ ਜਿਹੀਆਂ ਕਰਦੇ ਆ, ਮਿੱਠੀਆਂ ਪਾਉਂਦੇ, ਪਿੱਠ ਪਿੱਛੇ ਮਾੜਾ ਚੰਗਾ ਕਹਿਣ ਅਤੇ ਸਾਹਮਣੇ ਜੀ ਜੀ ਕਰਨ। ਇਸ ਇੰਡਸਟਰੀ 'ਚ ਵੀ ਲੋਕਾਂ ਨੂੰ ਉੱਦਾਂ ਦੇ ਲੋਕ ਬਹੁਤ ਇੱਦਾਂ ਦੇ ਮਤਲਬ ਲੋਕ ਆ ਜਿਨ੍ਹਾਂ ਨੂੰ ਉੱਦਾਂ ਦੇ ਪਸੰਦ ਆ, ਅਤੇ ਮੈਂ ਕਈਆਂ ਨਾਲ ਇਹਨਾਂ ਚੀਜ਼ਾਂ ਕਰਕੇ ਥੋੜ੍ਹਾ ਜਿਹਾ ਪਿੱਛੇ ਆਉਣਾ ਸ਼ੁਰੂ ਕੀਤਾ, ਕਿਉਂਕਿ ਜਦੋਂ ਮੈਂ ਸਟਾਰਟਿੰਗ ਕੀਤੀ ਮੈਨੂੰ ਇਹ ਸੀ ਸਭ ਨਾ ਬਣਾ ਕੇ ਰੱਖੋ। ਅੱਜ ਵੀ ਮੈਂ ਇਹੀ ਚੀਜ਼ ਕਰਦੀ ਹਾਂ, ਮੈਂ ਆਪਣੇ ਕੰਮ ਤੋਂ ਬਾਅਦ ਬਹੁਤ ਘੱਟ ਲੋਕਾਂ ਨੂੰ ਪਰਸਨਲ ਚੀਜ਼ਾਂ ਜਾਂ ਪਰਸਨਲ ਗੱਲਾਂ 'ਚ ਮੈਂ ਸੁਣ ਲਵਾਂ, ਅਤੇ ਮੈਂ ਆਪਣੇ ਤੱਕ ਰੱਖਦੀ, ਮੈਂ ਕਦੀ ਕਿਸੇ ਦੀ ਗੱਲ ਇੱਧਰ ਉੱਧਰ ਨਾ, ਮੇਰੀ ਆਦਤ ਪੈ ਗਈ ਸਰ, ਇਹ ਨੇਚਰ ਨਹੀਂ ਹੁੰਦਾ ਨਾ, ਅਸੀਂ ਇਹੋ ਜਿਹੀਆਂ ਫੈਮਿਲੀਜ਼ ਤੋਂ ਬਿਲੋਂਗ ਕਰਦੇ ਹਾਂ ਨਾ।
ਸੋ ਲੋਕਾਂ ਨੂੰ ਉਹ ਲੋਕ ਪਸੰਦ ਆ ਜਿਹੜੇ ਹਰ ਕਿਸੇ ਇੱਧਰ ਦੀ ਗੱਲ ਇੱਧਰ ਸੁਣ ਕੇ ਉਹਨਾਂ ਨੂੰ ਦੱਸਣ, ਹਾਂਜੀ ਹਾਂਜੀ ਕਰਨ, ਪੁੱਛੇ ਕਿਉਂ ਤੁਸੀਂ, ਤੁਹਾਡੀ ਜੇ ਇੱਕ ਇਮੇਜ ਆ ਸਾਡੀ ਆਪਣੀ ਆ, ਅਸੀਂ ਉਹ ਚੀਜ਼ਾਂ ਕਿਉਂ ਕਰੀਏ? ਸੋ ਇਹ ਚੀਜ਼ਾਂ ਨਾ ਮੈਨੂੰ ਤਾਂ ਬਹੁਤ ਨੈਗੇਟਿਵਿਟੀ ਫੇਸ ਕਰਨੀ ਪੈਂਦੀ, ਮੈਨੂੰ ਤਾਂ ਤੁਸੀਂ, ਮੈਂ ਤਾਂ ਬਹੁਤ ਲੋਅ ਹੋ ਜਾਂਦੀ ਹਾਂ। ਹੁਣ ਮੈਂ ਇਸ ਚੀਜ਼ ਦੀ ਆਦਤ ਪਾ ਲਈ ਆ ਵੀ ਲੋਕ ਆ, ਲੋਕਾਂ ਦਾ ਕੰਮ ਆ ਬੋਲਣਾ, ਜਾਂ ਲੋਕ ਤੁਸੀਂ ਸੋਚ, ਮਤਲਬ ਕਹਿ ਲਓ ਵੀ ਲੋਕ ਹੈ ਹੀ ਇੱਦਾਂ ਦੇ ਆ, ਹਰ ਕਿਸੇ ਨੂੰ ਨਹੀਂ ਮੈਂ ਕਹਿ ਰਹੀ, ਬਟ ਬਹੁਤ ਘੱਟ ਲੋਕ ਆ ਜਿਹੜੇ ਤੁਹਾਡੇ ਨਾਲ ਦਿਲ ਤੋਂ ਜੁੜਦੇ ਆ ਜਾਂ ਤੁਹਾਨੂੰ ਪਿੱਠ ਪਿੱਛੇ ਵੀ ਚੰਗਾ ਕਹਿਣ। ਅਦਰਵਾਈਜ਼ ਲੋਕਾਂ ਨੂੰ ਇਹ ਚੀਜ਼ਾਂ ਸਟ੍ਰੇਟ ਫਾਰਵਰਡ ਹੋਣਾ ਜਾਂ ਮੂੰਹ 'ਤੇ ਬੋਲਣਾ ਜਾਂ ਸਾਫ ਦੇਣ ਲਈ ਘੱਟ ਪਸੰਦ ਆਉਂਦਾ। ਇਹ ਤਾਂ ਗੱਲ ਸਹੀ ਹੈ ਤੁਹਾਡੀ ਵੈਸੇ, ਬਿਲਕੁਲ। ਸੋ ਜੇ ਮੈਨੂੰ ਇਹ ਚੀਜ਼ਾਂ ਹੁੰਦੀਆਂ, ਪਹਿਲਾਂ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਹਿਲਾਂ ਮੈਂ ਕਦੀ ਕਲੀਅਰ ਕਰ ਲੈਣਾ, ਹੁਣ ਤਾਂ ਮੈਂ ਕੁਛ ਨਹੀਂ, ਚੁੱਪ ਕਰਕੇ ਪਿੱਛੇ ਹੋ ਜਾਂਦੀ ਹਾਂ। ਐਂਡ ਕੋਈ ਮੈਨੂੰ ਕਈ ਵਾਰ ਉਹੀ ਬੰਦਾ ਪੁੱਛੂਗਾ ਕਿ ਰੂਪ ਕੀ ਹੋਇਆ, ਇੱਦਾਂ ਵੀ ਤੂੰ ਸਾਨੂੰ ਬੁਲਾ ਨਹੀਂ ਰਹੀ ਜਾਂ ਕੋਈ ਗੱਲ ਹੋਈ। ਮੈਂ ਕਹਿੰਦੀ ਨਹੀਂ ਜੀ ਕੋਈ ਗੱਲ ਨਹੀਂ, ਕੋਈ ਨਹੀਂ, ਕੰਮ ਹੋਊਗਾ ਆਪਾਂ ਮਿਲਾਂਗੇ, ਕੰਮ 'ਤੇ ਮਿਲਾਂਗੇ। ਬਟ ਮੈਂ ਉਹ ਚੀਜ਼ ਹੁਣ ਮੈਂ ਥੋੜ੍ਹੀ ਜਿਹੀ ਹੋਈ ਹਾਂ, ਮਤਲਬ ਬਿਲਕੁਲ, ਪਹਿਲਾਂ ਤਾਂ ਮੈਂ ਬਿਲਕੁਲ ਸਿੱਧੀ, ਹੁਣ ਮੈਂ ਚੁੱਪ ਰਹਿਣਾ ਥੋੜ੍ਹਾ ਜਿਹਾ ਸ਼ੁਰੂ ਕੀਤਾ ਵੀ ਲੋਕ ਨਾ ਬੜੇ, ਤੁਹਾਡੀ ਗੱਲ ਨਹੀਂ ਵੀ ਕਿਤੇ ਹੁੰਦੀ ਉੱਥੇ ਵੀ ਗੱਲਾਂ ਬਣਾਉਣ ਲੱਗ ਜਾਂਦੇ ਆ, ਹੈ ਨਾ, ਕਿਉਂਕਿ ਤੁਹਾਡਾ ਸਾਫ ਮਨ, ਤੁਸੀਂ ਸਿੱਧਾ ਬੋਲ ਦਿੰਦੇ ਹੋ, ਤੁਹਾਨੂੰ ਨਹੀਂ ਪਤਾ ਅਗਲੇ ਬੰਦੇ ਨੇ ਤੁਹਾਨੂੰ ਕਿੱਦਾਂ ਜੱਜ ਕਰ ਪਏ। ਅਤੇ ਤੁਸੀਂ ਆਪਣੀ ਪਰਸਨਲ ਲਾਈਫ ਅਤੇ ਪ੍ਰੋਫੈਸ਼ਨਲ ਲਾਈਫ ਦੋਵਾਂ ਨੂੰ ਕਿਵੇਂ ਅਲੱਗ ਅਲੱਗ ਰੱਖਦੇ ਹੋ? ਔਖਾ ਨਹੀਂ ਲੱਗਦਾ ਤੁਹਾਨੂੰ ਇਸ ਚੀਜ਼ ਨੂੰ? ਮਤਲਬ ਕੋਈ ਟਿੱਪਣੀਆਂ ਦੋ, ਲਾਈਕ ਸਾਡੀ ਵੀ ਹਰ ਕਿਸੇ ਦੀ, ਆਈ ਡੋਂਟ ਥਿੰਕ ਸੋ ਸਿੰਗਲ ਲਾਈਫ ਕਿਸੇ ਦੀ ਵੀ ਹੁੰਦੀ ਆ, ਹਰ ਕਿਸੇ ਦੀ ਡੂਅਲ ਟ੍ਰਿਪਲ ਬਹੁਤ ਤਰੀਕੇ ਦੀ ਲਾਈਫ ਹੁੰਦੀ ਆ, ਕੋਈ ਪੋਡਕਾਸਟ ਕਰ ਰਿਹਾ, ਕੋਈ ਮੇਕਅਪ ਆਰਟਿਸਟ ਆ, ਫਿਰ ਫੈਮਿਲੀ ਵੀ ਹੈਗੀ ਆ, ਅਤੇ ਉਹ ਚੀਜ਼ ਨੂੰ ਕਿਵੇਂ ਬੈਲੈਂਸ ਰੱਖਿਆ ਜਾ ਸਕਦਾ ਆ? ਦੇਖੋ ਮੈਨੂੰ ਇੱਦਾਂ ਲੱਗਦਾ ਹੈ ਵੀ ਕੁੜੀ ਨੂੰ ਉਹ ਕੁੜੀ ਕਰਦੀ ਜਿਹਨੂੰ ਆਪਣੇ ਕੰਮ ਦੇ ਨਾਲ ਆਪਣਾ ਪਰਿਵਾਰ ਨਹੀਂ ਸੰਭਾਲਣਾ ਆ, ਹੈ ਨਾ। ਸੋ ਪਰਿਵਾਰ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਤੁਹਾਡੀ ਫੈਮਿਲੀ ਪਰਸਨਲ ਲਾਈਫ ਇਹੀ ਹੁੰਦੀ ਹੈ, ਤੁਹਾਡਾ ਪਰਿਵਾਰ, ਹੈ ਨਾ। ਹਾਂਜੀ, ਜੇ ਤੁਸੀਂ ਆਪਣੇ ਪਰਿਵਾਰ ਜਾਂ ਆਪਣੀ ਲਾਈਫ 'ਚ ਜਿਹੜੇ ਵੀ ਤੁਹਾਡੇ ਕੋਈ ਖਾਸ ਲੋਕ ਆ ਉਹਨਾਂ ਨੂੰ ਹੀ ਟਾਈਮ ਨਹੀਂ, ਜਾਂ ਉਹਨਾਂ ਨੂੰ ਹੀ ਤੁਸੀਂ, ਜੇ ਤੁਸੀਂ ਕਹਿਤਾ ਵੀ ਮੈਂ ਬਿਜ਼ੀ ਹਾਂ ਜੀ, ਮੇਰਾ ਤਾਂ ਕੰਮ ਆ, ਤੁਹਾਨੂੰ ਬਣਾਇਆ ਉਹਨਾਂ ਨੇ, ਤੁਸੀਂ ਆਪਣੇ ਪਰਿਵਾਰ 'ਚ ਜੰਮੇ ਪਹਿਲੇ ਇੱਥੋਂ ਤੱਕ ਪਹੁੰਚਾਉਣ ਵਾਲਾ ਤੁਹਾਡਾ ਪਰਿਵਾਰ, ਜੇ ਤੁਸੀਂ ਉਹਨਾਂ ਨੂੰ ਪਿੱਛੇ ਕਰਕੇ ਆਪਣਾ ਕੰਮ ਕਰ ਰਹੇ ਤਾਂ ਕੰਮ ਦਾ ਫਾਇਦਾ ਹੀ ਨਹੀਂ ਕੋਈ। ਸੋ ਮੈਂ ਬੈਲੈਂਸ ਇੱਦਾਂ ਰੱਖਦੀ ਹਾਂ ਕਿ ਮੇਰਾ ਪਰਿਵਾਰ ਹੀ ਬੜਾ ਚੰਗਾ, ਜਾਂ ਮੇਰੇ ਖਾਸ ਜਿਹੜੇ ਆ ਉਹਨਾਂ ਨੂੰ ਇੰਨਾ ਪਤਾ ਹੈ ਵੀ ਰੂਪ 'ਚ ਕੰਮ ਕਰਦੀ ਆ ਅਤੇ ਉਹਨੇ ਸਾਨੂੰ ਟਾਈਮ ਵੀ ਦੇਣਾ। ਮੈਂ ਆਪਣੇ ਆਪ ਨੂੰ ਬੜਾ ਬੈਲੈਂਸ ਰੱਖ ਕੇ ਚੱਲਦੀ ਹਾਂ, ਕੋਸ਼ਿਸ਼ ਕਰਦੀ ਹਾਂ, ਮਤਲਬ ਮੈਂ ਪਹਿਲਾਂ ਵੀ ਇਹ ਗੱਲ ਕਹੀ ਕਿ ਬੰਦੇ 'ਚ ਬਹੁਤ ਕਮੀਆਂ ਹੁੰਦੀਆਂ ਅਤੇ ਮੇਰੇ 'ਚ ਤਾਂ ਬਹੁਤ ਨੇ, ਮੈਂ ਕੋਸ਼ਿਸ਼ ਕਰਦੀ ਰਹਿੰਦੀ ਹਾਂ ਵੀ ਉਹਨਾਂ ਨੂੰ, ਹੈ ਨਾ, ਸੁਧਾਰਾਂ। ਪਰ ਮੈਂ ਆਪਣੀ ਪਰਸਨਲ ਪ੍ਰੋਫੈਸ਼ਨਲ ਲਾਈਫ 'ਚ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹਾਂ ਜੇ ਮੇਰਾ ਕੰਮ ਆ ਅਤੇ ਜਦੋਂ ਮੈਂ ਕੰਮ ਕਰ ਲਿਆ ਜਿਹੜਾ ਮੇਰਾ ਫਰੀ ਟਾਈਮ ਆ ਉਹ ਮੈਂ ਆਪਣੀ ਫੈਮਿਲੀ ਨੂੰ ਜਾਂ ਆਪਣੇ ਰਿਸ਼ਤਿਆਂ ਨੂੰ ਦੇਵਾਂ। ਮੈਂ ਆਪਣੇ ਕੰਮ 'ਤੇ ਵੀ ਹੋਵਾਂ, ਜਦੋਂ ਮੈਨੂੰ ਟਾਈਮ ਲੱਗਦਾ ਮੈਂ ਹਮੇਸ਼ਾ ਵਿੱਚ ਕਾਲ ਕਰਦੀ ਹਾਂ, ਜਾਂ ਮੈਂ ਜਿਹੜੀ ਚੀਜ਼ ਖੁਦ ਨਹੀਂ ਕਰ ਸਕਦੀ ਜਾਂ ਆਪਣੇ ਪਰਿਵਾਰ 'ਚੋਂ ਜਾਂ ਕਿਸੇ ਨੂੰ ਕਲੋਜ਼ ਨੂੰ ਕਹਿਤਾ ਵੀ ਹਾਂ, ਜਿੱਦਾਂ ਮੇਰੀ ਥੋੜ੍ਹੀ ਜਿਹੀ ਫੈਮਿਲੀ, ਮੇਰੇ ਮੰਮੀ ਪਾਪਾ ਥੋੜ੍ਹੇ ਬਿਮਾਰ ਰਹਿੰਦੇ, ਮੈਂ ਉਹਨਾਂ ਨੂੰ ਲੈ ਕੇ ਥੋੜ੍ਹੀ ਜਿਹੀ ਟੈਨਸ਼ਨ ਲੈਂਦੀ ਰਹਿੰਦੀ ਹਾਂ, ਬੱਚਿਆਂ ਨੂੰ ਹੁੰਦੀ ਆ। ਸੋ ਮੈਂ ਜੇ ਆਪ ਨਹੀਂ, ਮੇਰੇ ਜਿਹੜੇ ਇੱਕ ਦੋ ਖਾਸ ਆ ਮੈਂ ਉਹਨਾਂ ਨੂੰ ਕਹੂੰਗੀ ਕਿ ਉਹਨਾਂ ਨੂੰ, ਮਤਲਬ ਜੇ ਮੈਂ ਨਹੀਂ ਪਹੁੰਚ ਪਾਈ ਵੀ ਉਹਨਾਂ ਨੇ ਕਿਤੇ ਜਾਣਾ ਹੈ ਜਾਂ ਉਹਨਾਂ ਦੇ ਮਤਲਬ ਮੈਡੀਕਲ 'ਚ ਕੋਈ ਵੀ ਟ੍ਰੀਟਮੈਂਟ ਆ ਜਾਂ ਕੁਛ ਵੀ, ਮੈਂ ਉਹਨਾਂ ਨੂੰ ਕਹਿ ਦਿੰਦੀ ਹਾਂ ਵੀ ਮੇਰੀ ਹੈਲਪ, ਇੱਦਾਂ ਹੀ ਚੱਲਦੀਆਂ ਰਹਿੰਦੀਆਂ, ਬੈਲੈਂਸ ਕਰਕੇ ਚੀਜ਼ਾਂ ਹੈ ਨਾ, ਰਿਸ਼ਤੇ ਵੀ ਕੰਮ ਵੀ ਇੱਦਾਂ। ਵਾਹ, ਆਪਾਂ, ਮੈਂ ਤੁਹਾਡੀ ਥੋੜ੍ਹੀ ਜਿਹੀ ਤੁਹਾਡੀ ਫਰੈਂਡਸ਼ਿਪ ਬਾਰੇ ਜਾਣਨਾ ਚਾਹੁੰਦੀ ਹਾਂ ਕਿ ਕਿੱਦਾਂ ਦੇ ਦੋਸਤ ਤੁਸੀਂ ਬਣਾਉਂਦੇ ਹੋ, ਜਾਂ ਫੀਮੇਲ ਫਰੈਂਡਸ਼ਿਪ, ਮੇਲ ਫਰੈਂਡਸ਼ਿਪ, ਕਿਵੇਂ ਤੁਹਾਡੀ ਫਰੈਂਡਸ਼ਿਪ ਹੁੰਦੀ ਹੈ ਬੇਸਿਕਲੀ ਕਿਸੇ ਦੋਸਤ ਤੁਸੀਂ ਬਣਾਉਂਦੇ? ਬਿਕੋਜ਼ ਤੁਸੀਂ ਬੋਲਿਆ ਕਿ ਤੁਸੀਂ ਬਹੁਤ ਸਿਲੈਕਟਿਵ ਹੋ ਆਪਣੀ ਦੋਸਤੀ ਨੂੰ ਲੈ ਕੇ ਵੀ, ਆਊਟ ਆਫ ਇੰਡਸਟਰੀ, ਆਊਟ ਆਫ ਯੋਰ ਵਰਕ, ਤੁਸੀਂ ਬਹੁਤ ਘੱਟ ਲੋਕਾਂ ਨਾਲ ਖੋਲ੍ਹਦੇ ਹੋ, ਅਤੇ ਕਿੱਦਾਂ ਦੇ ਲੋਕ ਜਿਹੜੇ ਤੁਹਾਨੂੰ ਪਸੰਦ ਆਉਂਦੇ ਕਿ ਜਿਹਨਾਂ ਨਾਲ ਰੂਪ ਕੌਰ ਸੰਧੂ, ਰੂਪ ਕੌਰ ਸੰਧੂ ਬਣ ਸਕਦੀ ਆ? ਦੇਖੋ ਮੈਂ ਤੁਹਾਨੂੰ ਸ਼ੁਰੂ 'ਚ ਇੱਕ ਗੱਲ ਕਹੀ ਕਿ ਮੇਰੇ 'ਚ ਫਿਲਟਰ ਨਹੀਂ, ਮੈਂ ਰੂਪ ਕੌਰ ਸੰਧੂ ਜੋ ਹੈਗੀ ਉਹ ਕੀ ਆ, ਹੈ ਨਾ।
ਪਰ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਇੱਕ ਕਲੀਅਰ ਕਰੂੰਗੀ, ਯਾਰੀਆਂ ਦੋਸਤੀਆਂ ਜਿਹੜੇ ਆਪਣੇ ਬਚਪਨ 'ਚ ਸੀ ਨਾ, ਉਹ ਯਾਰੀਆਂ ਦੋਸਤੀਆਂ ਸੀ। ਹੁਣ ਵੀ ਰਿਸ਼ਤੇ ਆ, ਹੁਣ ਵੀ ਸਾਰਾ ਕੁਛ ਆ, ਪਰ ਕਿਤੇ ਨਾ ਕਿਤੇ ਛੋਟੀ ਜਿਹੀ ਗੱਲ ਤੋਂ ਰਿਸ਼ਤਾ ਖਰਾਬ ਹੋ ਜਾਂਦਾ। ਅੱਜ ਕੱਲ੍ਹ ਨਾ ਬਹੁਤ ਸੈਂਸਿਟਿਵ ਹੋ ਗਿਆ ਰਿਸ਼ਤੇ, ਜਿਵੇਂ ਬੰਦਾ ਸੈਂਸਿਟਿਵ ਆ ਉਦਾਂ ਹੀ ਰਿਸ਼ਤੇ ਸੈਂਸਿਟਿਵ ਆ। ਤੁਸੀਂ ਨਿੱਕੀ ਜਿਹੀ ਕੋਈ ਗਲਤੀ ਕਰ ਦੋਗੇ ਨਾ, ਤੁਹਾਡੀਆਂ ਪਿਛਲੀਆਂ ਸਾਰੀਆਂ ਚੰਗੀਆਂ ਭੁੱਲ ਜਾਂਦੀਆਂ ਭੁੱਲ ਜਾਂਦੀਆਂ, ਅਤੇ ਮਤਲਬ ਉਹ ਬੰਦਾ ਫਿਰ ਨਾ, ਮੈਂ ਪਹਿਲਾਂ ਸਾਰਿਆਂ ਨੂੰ, ਮੈਂ ਤੁਹਾਨੂੰ ਦੱਸਿਆ ਵੀ ਮੈਂ ਸਾਰਿਆਂ ਨੂੰ ਮਿਲਣਾ ਵਰਤਣਾ ਮਤਲਬ ਮੈਨੂੰ ਵਧੀਆ ਲੱਗਦਾ ਸੀ, ਪਰ ਕੰਮ ਤੱਕ ਇੱਦਾਂ ਨਹੀਂ। ਮੈਂ ਪਰਸਨਲ, ਕਿਉਂਕਿ ਮੈਂ ਘੱਟ ਰਿਸ਼ਤੇ ਤਾਂ ਬਣਾਉਂਦੀ ਹਾਂ, ਜੋੜਦੀ ਹਾਂ, ਰਿਸ਼ਤੇ ਤਾਂ ਆਪਣੇ ਨਾਲ ਜੁੜੇ ਹੁੰਦੇ ਆ, ਆਪਾਂ ਘੱਟ ਬਹਿੰਦੇ ਵਰਤਦੇ ਤਾਂ ਹੈ ਕਿਉਂਕਿ ਆਪਾਂ ਨੂੰ ਇੱਦਾਂ ਲੱਗਦਾ ਹੈ ਵੀ ਆਪਾਂ ਹਰਟ ਨਾ ਹੋਈਏ, ਹੈ ਨਾ। ਮੇਰੀ ਜ਼ਿੰਦਗੀ 'ਚ ਥੋੜ੍ਹੇ ਜਿਹੇ ਰਿਸ਼ਤੇ ਆ, ਹੈ ਨਾ, ਇਸ ਟਾਈਮ ਮਤਲਬ ਮੈਂ ਬਹੁਤ ਘੱਟ ਘੱਟ ਰਿਸ਼ਤੇ ਆਪਣੇ ਨਾਲ ਰੱਖੇ ਆ, ਰੱਖੇ ਇਨ ਦਾ ਸੈਂਸ ਕਿ ਜੁੜੇ ਆ, ਕਿਉਂਕਿ ਟਾਈਮ ਟੂ ਟਾਈਮ ਕੋਈ ਨਾ ਕੋਈ ਟੁੱਟ ਜਾਂਦਾ ਹੈ। ਇਹ ਮੈਂ ਦੇਖਿਆ ਹੈ ਵੀ ਕੋਈ ਨਾ ਛੋਟੀ ਛੋਟੀ ਚੀਜ਼ਾਂ ਤੋਂ ਰਿਸ਼ਤੇ ਟੁੱਟਦੇ ਰਹਿੰਦੇ ਆ ਜਾਂ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ। ਮੈਂ ਕੋਸ਼ਿਸ਼ ਕਰਦੀ ਕਲੀਅਰ ਕਰਨ ਦੀ ਜਾਂ ਸਹੀ ਕਰਨ ਦੀ, ਜਿਹੜੇ ਜੁੜੇ ਆ ਉਹ ਜੁੜੇ ਰਹਿੰਦੇ ਆ, ਜਿਨ੍ਹਾਂ ਨੂੰ ਛੋਟੀਆਂ ਛੋਟੀਆਂ ਕਮੀਆਂ ਲਾਉਂਦੇ ਉਹ ਟੁੱਟ ਜਾਂਦੇ ਆ। ਉਹ ਮੇਰਾ ਨਹੀਂ, ਹਰ ਬੰਦੇ ਦੀ ਲਾਈਫ 'ਚ ਹੁੰਦੀਆਂ, ਹੈ ਨਾ। ਜਿਹੜਾ ਜਿਹੜੇ ਜੁੜੇ ਆ ਮੈਂ ਹਮੇਸ਼ਾ ਇੱਜ਼ਤ ਕਰਦੀ ਹਾਂ, ਮੈਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੀ ਹਾਂ, ਅਤੇ ਬਾਕੀ ਉਹ ਰਿਸ਼ਤਿਆਂ 'ਚ ਤਾਂ ਰੂਪ ਰੂਪ ਹੀ। ਮੈਂ ਇੱਕ ਤੁਹਾਨੂੰ ਕੁਸ਼ਚਨ ਪੁੱਛਣਾ ਚਾਹੁੰਦੀ ਹਾਂ, ਲਾਈਕ ਦਿਸ ਇਜ਼ ਵੈਰੀ, ਮੈਨੂੰ ਮੇਰੇ ਦਿਮਾਗ 'ਚ ਆਇਆ, ਤੁਸੀਂ ਖੁਦ ਇੰਨੇ ਪ੍ਰਿਟੀ ਹੈਗੇ ਐਂਡ ਯੂਅਰ ਦਾ ਓਨਲੀ ਮੇਕਅਪ ਆਰਟਿਸਟ ਇਨ ਦਿਸ ਇੰਡਸਟਰੀ, ਅਤੇ ਜਿਹੜੇ ਫੀਮੇਲ ਮਾਡਲਸ ਹੁੰਦੇ ਆ, ਡਾਇਰੈਕਟਰਸ ਵਗੈਰਾ, ਤੁਹਾਨੂੰ ਅਪਰੋਚ ਨਹੀਂ ਕਰਦੇ ਹੈਗੇ ਕਿ ਤੁਸੀਂ ਫਰੰਟ ਆਫ ਦਾ ਕੈਮਰਾ ਆ ਜਾਓ ਜਾਂ ਮੇਕਅਪ ਨੂੰ ਛੱਡ ਕੇ ਤੁਸੀਂ ਮਾਡਲਿੰਗ ਦੇ ਵਿੱਚ ਆ ਜਾਓ, ਜਾਂ ਫਿਰ ਜਿਹੜੀ ਮਾਡਲਸ ਹੁੰਦੀਆਂ ਤੁਹਾਡੇ ਤੋਂ ਜੈਲਸ ਫੈਕਟਰ ਵੀ ਫੀਲ ਕਰਦੀਆਂ, ਕੰਪੀਟੀਟਿਵ ਵੀ ਫੀਲ ਕਰਦੀਆਂ? ਦੇਖੋ ਮੈਨੂੰ ਇੱਕ ਪਰਸਨ ਤਾਂ ਮੈਨੂੰ ਹਾਸਾ ਵੀ ਦੇਖੋ ਮੈਨੂੰ ਮੈਂ ਗੁਰਲੀਨ ਬੜੀ ਕਲੀਅਰ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ। ਜੇ ਮੈਂ ਜਿਹੜੇ ਦੋ ਬੇੜੀਆਂ 'ਚ ਤੁਸੀਂ ਕਹਾਵਤ ਸੁਣੀ ਹੈ ਨਾ, ਦੋ ਬੇੜੀਆਂ 'ਚ ਪੈਰ ਰੱਖਦੇ ਨਾ ਇੱਧਰ ਦੇ ਨਾ ਇੱਧਰ ਦੇ ਨਾ ਉੱਧਰ ਦੇ, ਅਤੇ ਪੰਪ ਬੰਦੇ ਨੂੰ ਮਰਵਾ ਦਿੰਦੇ ਆ ਹਮੇਸ਼ਾ। ਮੈਂ ਇਹ ਮੰਨਦੀ ਹਾਂ ਹਰ ਬੰਦਾ ਸੋਹਣਾ, ਹਰ ਬੰਦੇ 'ਚ ਗੁਣ ਹੁੰਦੇ ਆ, ਪਰ ਤੁਸੀਂ ਗੁਣ ਇੱਕ ਨੂੰ ਹੀ ਅੱਗੇ ਲੈ ਕੇ ਜਾ ਸਕਦੇ ਹੋ। ਜੇ ਸਾਰਿਆਂ ਨੂੰ ਕਹੋ ਫਿਰ ਬੰਦਾ ਕਾਮਯਾਬ ਹੀ ਨਹੀਂ, ਹੈ ਨਾ। ਅਤੇ ਜੈਲਸੀ ਵਾਲੀ ਗੱਲ ਇੱਦਾਂ ਵੀ, ਜਿਵੇਂ ਪਹਿਲਾਂ ਮੈਨੂੰ ਇਹ ਚੀਜ਼ਾਂ ਘੱਟ ਫੇਸ, ਹੁਣ ਥੋੜ੍ਹਾ ਜਿਹਾ ਮੈਨੂੰ ਜ਼ਿਆਦਾ ਇਹ ਫੇਸ ਕਰਨੀਆਂ ਪੈ ਰਹੀਆਂ, ਪਤਾ ਨਹੀਂ ਕਿਉਂ, ਕਿਉਂਕਿ ਸਭ ਨੂੰ ਪਤਾ ਵੀ ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਉਹ ਹਾਂ ਕਿ ਕੰਮ ਬਸ ਕੰਮ, ਹੈ ਨਾ। ਅਤੇ ਕਈ ਫੀਮੇਲ ਮਤਲਬ ਸਾਰੇ ਨਹੀਂ, ਕੋਈ 10-20% ਕਹਿ ਸਕਦੀ ਹਾਂ ਮੈਂ ਇੱਦਾਂ ਹੈ, ਜਿਹੜੇ ਇਨਸਿਕਿਓਰ ਇਹਨਾਂ ਚੀਜ਼ਾਂ ਨੂੰ ਕਿ ਉਹ ਆਪਣੀਆਂ ਲੁਕਸ 'ਤੇ ਵਰਕ ਕਰਦੀ ਆ ਜਾਂ ਉਹਨੂੰ ਇੰਪੋਰਟੈਂਸ ਮਿਲਦੀ ਆ, ਇਹ ਚੀਜ਼ ਤੋਂ ਕਿਸੇ ਨੂੰ ਜੈਲਸੀ ਜਾਂ ਇਨਸਿਕਿਓਰਟੀ ਨਹੀਂ ਹੋਣੀ ਚਾਹੀਦੀ। ਜੇ ਤੁਹਾਨੂੰ ਆਪਣੀ ਇਮੇਜ ਕਰਕੇ ਤੁਹਾਨੂੰ ਰਿਸਪੈਕਟ ਮਿਲ ਰਹੀ ਆ, ਅਤੇ ਮੈਨੂੰ ਵੀ ਮੇਰੀ ਇਮੇਜ ਕਰਕੇ ਮੈਂ ਕੋਈ ਮਾਡਲਿੰਗ 'ਚ ਨਹੀਂ ਆਉਣਾ। ਜੇ ਮੈਨੂੰ ਕੋਈ ਅਪਰੋਚ ਇੱਦਾਂ ਦਾ ਕਰਦਾ ਤਾਂ ਮੈਂ ਬਹੁਤ ਕਲੀਅਰ ਕਹਿ ਦਿੰਦੀ ਹਾਂ ਵੀ ਨਹੀਂ, ਮੈਂ ਬਹੁਤ ਖੁਸ਼ ਹਾਂ ਆਪਣੇ ਪ੍ਰੋਫੈਸ਼ਨ 'ਚ। ਦੂਜੀ ਗੱਲ, ਮੇਰੀ ਫੈਮਿਲੀ ਬਹੁਤ ਸਟ੍ਰਿਕਟ ਆ, ਮੈਂ ਆਪਣਾ ਮੇਕਅਪ ਆਰਟਿਸਟ ਵਾਲਾ ਕੰਮ ਨਹੀਂ ਬੰਦ ਕਰਾਉਣਾ, ਇਸ ਕਰਕੇ ਮੈਂ ਇਹਦੇ 'ਚ ਬਹੁਤ ਸਹੀ ਜਾ ਰਹੀ ਹਾਂ। ਅਤੇ ਜਿੰਨਾ ਤੁਹਾਡਾ ਬਿਜ਼ੀ ਸਕੇਡਿਊਲ ਰਹਿੰਦਾ ਹੈ, ਲਾਈਕ ਅਕੋਰਡਿੰਗ ਟੂ ਮਾਈ ਨੌਲੇਜ ਇੱਕ ਬ੍ਰਾਈਡਲ ਸੀਜ਼ਨ ਆਉਂਦਾ, ਸਪੈਸ਼ਲੀ ਜਿਹੜਾ ਸਰਦੀਆਂ ਦਾ ਸੀਜ਼ਨ ਹੁੰਦਾ, ਜੇ ਬ੍ਰਾਈਡਲ ਮੇਕਅਪ ਕਾਫੀ ਜ਼ਿਆਦਾ ਆਉਂਦਾ ਆ, ਅਤੇ ਬ੍ਰਾਈਡਲ ਮੇਕਅਪ ਦੇ ਨਾਲ ਨਾਲ ਤੁਸੀਂ ਆਪਣਾ ਸ਼ੂਟ ਨੂੰ ਕਿਵੇਂ ਮੈਨੇਜ ਕਰਕੇ ਚੱਲਦੇ ਹੋ? ਕਦੇ ਕਲੈਸ਼ਿਸ ਹੁੰਦੇ ਆ, ਤਾਂ ਹਾਊ ਡੂ ਯੂ ਡੀਲ? ਕਿਹਨੂੰ ਪ੍ਰੈਫਰੈਂਸ ਜ਼ਿਆਦਾ ਦਿੰਦੇ ਹੋ, ਬ੍ਰਾਈਡਲ ਨੂੰ ਕਿ ਸ਼ੂਟ ਮੇਕਅਪ ਨੂੰ? ਦੇਖੋ ਮੇਰਾ ਇਸ ਚੀਜ਼ ਦੀ ਕਾਫੀ ਪ੍ਰੋਬਲਮ ਰਹਿੰਦੀ ਆ, ਮਤਲਬ ਕਿਉਂਕਿ ਮੇਰੇ ਨਾਲ ਕੁਛ ਇੱਦਾਂ ਦੇ ਆਰਟਿਸਟ ਜੁੜੇ ਆ ਜਿਹੜੇ ਮਤਲਬ ਅਸੀਂ ਇੱਕ ਦੂਜੇ ਬਿਨਾਂ ਕੰਮ ਹੀ ਨਹੀਂ ਕਰਦੇ, ਹੈ ਨਾ। ਅਤੇ ਇਹ ਚੀਜ਼ ਨਾਲ ਕਈ ਵਾਰ ਪ੍ਰੋਬਲਮ ਹੁੰਦੀ ਆ, ਅਤੇ ਮੈਂ ਫਿਰ ਇਹਨੂੰ ਇੱਦਾਂ ਹੀ ਮੈਨੇਜ ਕਰਦੀ ਹਾਂ, ਕਿਉਂਕਿ ਸਾਡੀ ਅੰਡਰਸਟੈਂਡਿੰਗ, ਦੇਖੋ ਜੇ ਤੁਸੀਂ ਕੰਮ ਕਰਦੇ ਹੋ, ਕੰਮ ਨਾਲ ਜੁੜੇ ਲੋਕ ਤੁਹਾਨੂੰ ਅੰਡਰਸਟੈਂਡ ਵੀ ਕਰਦੇ ਆ, ਹੈ ਨਾ।
ਮੈਂ ਆਪਣੀ ਬ੍ਰਾਈਡ ਨੂੰ ਬਹੁਤ ਅਰਲੀ ਕਰਕੇ ਸ਼ੂਟ ਦੇ ਟਾਈਮ ਨੂੰ ਥੋੜ੍ਹਾ ਬਹੁਤ ਐਡਜਸਟ ਜੇ ਹੁੰਦਾ ਪੋਸੀਬਿਲਿਟੀ ਹੁੰਦੀ ਆ ਵੀ ਹਾਂ ਐਡਜਸਟ ਹੋ ਜਾਊਗਾ, ਇੱਦਾਂ ਕਰਕੇ ਮੈਨੇਜ ਕਰ ਲੈਂਦੇ ਹੋ। ਮੈਂ ਵੈਸੇ ਵੇਖਿਆ ਵਿਮੈਨ ਆਰ ਸੁਪਰ ਵਿਮੈਨ, ਬਿਕਾਜ਼ ਨੋਰਮਲ ਹੈ ਹੀ ਨਹੀਂ ਵੈਸੇ, ਸਵੇਰੇ ਬ੍ਰਾਈਡਲ ਮੇਕਅਪ, ਰਾਤੀ ਸ਼ਾਮੀ ਤੁਸੀਂ ਸ਼ੂਟ ਮੇਕਅਪ, ਵਾਓ ਵਾਟ ਆ ਬਿਜ਼ੀ ਲਾਈਫ ਯੂ ਹੈਵ। ਸੋ ਆਈ ਥਿੰਕ ਰੂਪ ਤੁਸੀਂ ਵੀ ਬਹੁਤ ਬਿਜ਼ੀ ਹੈਗੇ ਹੋ ਐਂਡ ਆਈ ਡੋਂਟ ਵਾਂਟ ਟੂ ਟੇਕ ਮੱਚ ਟਾਈਮ ਤੁਹਾਡੇ ਨਾਲ। ਮੈਂ ਸਿਰਫ ਲਾਸਟ 'ਤੇ ਵੀਡੀਓ ਨੂੰ ਕੰਕਲੂਡ ਕਰਨ ਵਿੱਚ ਆਈ ਵਾਂਟ ਕਿ ਤੁਸੀਂ ਸਾਡੀ ਆਡੀਅੰਸ ਨੂੰ ਇੱਕ ਆਪਣੇ ਵੱਲੋਂ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ? ਦੇਖੋ ਮੈਂ ਲਾਸਟ ਇੱਕ ਹੀ ਚੀਜ਼ ਕਹੂੰਗੀ ਕਿ ਜੋ ਹੈਗੇ ਉਹ ਰਹੋ, ਅਤੇ ਕੁੜੀਆਂ ਨੂੰ ਸਪੈਸ਼ਲੀ ਜੇ ਤੁਹਾਡਾ ਕੋਈ ਡਰੀਮ ਆ ਉਹਨੂੰ ਪੂਰਾ ਕਰੋ, ਜਿਹੜਾ ਵੀ ਡਰੀਮ। ਘਰਦਿਆਂ ਨੂੰ ਵੀ ਇਹ ਚੀਜ਼ ਕਹੂੰਗੀ ਕਿ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਆ, ਕੁੜੀਆਂ 'ਤੇ ਟਰੱਸਟ ਕਰੋ, ਉਹਨਾਂ ਦਾ ਜੋ ਸੁਪਨਾ ਉਹਨਾਂ ਨੂੰ ਪੂਰਾ ਕਰਨ 'ਚ ਉਹਨਾਂ ਦੀ ਪੂਰੀ ਹੈਲਪ ਕਰੋ। ਅਤੇ ਕੁੜੀਆਂ ਨੂੰ ਕਹੂੰਗੀ ਕਿ ਆਪਣੀ ਸੈਲਫ ਰਿਸਪੈਕਟ ਨੂੰ ਪਹਿਲ ਦਿਓ, ਕਿਉਂਕਿ ਹਰ ਬੰਦਾ, ਰੋਟੀ ਤਾਂ ਸਾਰੇ ਖਾਈ ਜਾਂਦੇ ਆ, ਕੰਮ ਤੋਂ ਪਹਿਲਾਂ ਆਪਣੀ ਇੱਜ਼ਤ ਨੂੰ ਪਹਿਲ ਦਿਓ, ਕਿਉਂਕਿ ਇੱਜ਼ਤ ਆ ਤਾਂ ਸਭ ਕੁਛ ਆ। ਦੂਜੀ ਚੀਜ਼, ਮੈਂ ਸੋਸ਼ਲ ਮੀਡੀਆ ਨੂੰ ਦੇਖ ਕੇ ਕਿਸੇ ਨੂੰ ਵੀ ਨਾ ਦੇਖੋ ਕਿ ਅਸੀਂ ਆਹ ਬਣਨਾ, ਆਹ ਜੀਣਾ, ਆਹ ਉਹਨੇ ਪਾਇਆ, ਉਹਨੇ ਕੀਤਾ, ਅੱਗੇ ਵੱਧ ਗਿਆ, ਪਿੱਛੇ ਰਹਿ ਗਿਆ, ਕੋਈ ਕੁਛ ਨਹੀਂ। ਆਪਣੀ ਲਾਈਫ ਨੂੰ ਸਮੂਥ ਜੀ ਜੀਓ, ਹਾਰਡ ਵਰਕ ਕਰੋ ਅਤੇ ਵਧੀਆ ਅੱਗੇ ਆਓ। ਇਹੀ ਚੀਜ਼ ਕਹਿ ਸਕਦਾ। ਸੋ ਸਵੀਟ ਆਫ ਯੂ, ਸੋ ਥੈਂਕ ਯੂ ਸੋ ਮਚ ਗਾਈਸ, ਹੋਪ ਯੂ ਲਾਈਕ ਦਿਸ ਵੀਡੀਓ, ਡੋਂਟ ਫੋਰਗੇਟ ਟੂ ਲਾਈਕ, ਕਮੈਂਟ, ਸ਼ੇਅਰ ਐਂਡ ਸਬਸਕ੍ਰਾਈਬ ਐਂਡ ਆਲਸੋ ਫੋਲੋ ਰੂਪ ਕੌਰ ਸੰਧੂ ਐਂਡ ਬੁਕਿੰਗਸ ਕਦੇ ਵੀ ਚਾਲੂ ਆ। ਹਾਂਜੀ ਚਾਲੂ। ਥੈਂਕ ਯੂ ਗਾਈਸ, ਥੈਂਕ ਯੂ, ਥੈਂਕ ਯੂ ਰੂਪ, ਥੈਂਕ ਯੂ ਜੀ।